ਵਤਨ ਦੀ ਗੁਲਾਮੀ ਦੀ ਕਹਾਣੀ ਇਸ ਬਾਰੇ ਸੁਣਾਈ ਹੈ ਕਿ ਤੁਸੀਂ ਆਉਣ ਵਾਲੇ ਦੌਰ ਦੇ ਵਾਰਸ ਹੋ ਤੇ ਮੈਂ ਜਵਾਨ ਤੇ ਬੁੱਢੀ ਦੋਵਾਂ ਨਸਲਾਂ ਤੋਂ ਮਾਯੂਸ ਹੋ ਚੁੱਕਾ ਹਾਂ। ਇਸ ਲਈ ਮਰਨ ਤੋਂ ਪਹਿਲਾਂ ਮੈਂ ਤੁਹਾਡਿਆਂ ਸੀਨਿਆਂ ਵਿੱਚ ਆਜ਼ਾਦੀ ਦੀ ਇਹੋ ਜਿਹੀ ਅੱਗ ਤੇ ਤੜਫ ਵੇਖਣਾ ਚਾਹੁੰਦਾ ਹਾਂ ਜਿਹੜਾ ਫਰੰਗੀ ਨੂੰ ਸਾੜ ਕੇ ਤੇ ਸੁਹਾ ਕਰ ਦੇਵੇ ਤੇ ਵਤਨ ਆਜ਼ਾਦ ਹੋ ਜਾਏ ਤੇ ਮੇਰੀ ਜ਼ਿੰਦਗੀ ਦਾ ਮਕਸਦ ਪੂਰਾ ਹੋ ਜਾਵੇ। ਦੇਸ਼ ਨੂੰ ਮੈਂ ਆਜ਼ਾਦ ਕਰਾਂ ਮੌਲੀ ਸਾਹਿਬ। ਕਾਸ਼ ਇਹ ਜਜ਼ਬਾ ਦੇਸ਼ ਦੇ ਹਰ ਜਵਾਨ ਦੇ ਸੀਨੇ ਵਿੱਚ ਹੁੰਦਾ, ਉਹ ਜਵਾਨ ਜਿਹੜੇ ਵਤਨ ਦੀ ਆਜ਼ਾਦੀ ਦਾ ਨਾਰਾ ਬਣਨ ਦੀ ਬਜਾਏ ਇਹਦੀ ਬਰਬਾਦੀ ਦਾ ਸਮਾਨ ਪੈਦਾ ਕਰ ਰਹੇ ਨੇ। ਛੱਕਾ ਛੱਕਾ ਨਹੀਂ ਧੱਕਾ, ਛੱਕਾ ਆਇਆ ਵੇਖ ਛੱਕਾ ਕਿਵੇਂ ਆਉਂਦਾ, ਮਾਰੀ ਹਰ ਖੂਬ ਤੇਰਾ ਕਰਨ ਦੀ। ਉਹਦਾ ਕੀ ਚੱਕਰ? ਇਹ ਛੱਕਾ ਆਈ ਸਮਝ, ਇਹ ਮਾਲ। ਯਾਰ ਗੱਲ ਤਾਂ ਦੱਸੋ, ਤੁਸੀਂ ਜਦੋਂ ਵੀ ਤਾਲਾ ਸਿੱਟਦੇ ਹੋ ਛੱਕਾ ਆ ਜਾਂਦਾ, ਮੇਰੀ ਵਾਰੀ ਖਬਰੇ ਨੂੰ ਮੌਤ ਪੈ ਜਾਂਦੀ ਹੈ, ਮੇਰੀ ਖਬਰੇ ਛੱਕੇ ਨਾਲ ਲੱਗਦੀ ਹੈ। ਉਹ ਤੇਰੇ ਨਸੀਬਾਂ 'ਚ ਤੇ ਤੁਰ ਤੁਰ ਗਾਂ ਹੀ ਹਾਰੇ ਹੀ ਰਿਹਾ, ਜੇ ਹੋਰ ਮਾਲ ਹੈ ਤੇ ਰੱਖ ਮੈਦਾਨ 'ਚ ਹੈਗਾ ਤੇ ਸੁੱਟ ਇੱਕੋ ਹੀ ਦਾ ਸੋਚ ਲੈ, ਸੋਚ ਲੈ ਯਾਰ ਛੱਕਾ ਮਾਰੀ ਫੂਕ, ਬਸ ਹੁਣ ਨਹੀਂ ਮੈਂ ਫੂਕ ਮਾਰਨ ਦੇਣੀ, ਸੁੱਟ ਉਹਦੇ ਤਰ ਉੱਤਰ ਤੂੰ ਹਾਰ ਨਹੀਂ ਛੱਕਾ। ਮੈਂ ਤੁਹਾਡੇ ਕੋਲ ਆਪਣਾ ਅਗਲਾ ਪਿਛਲਾ ਤੇ ਤੁਹਾਡਾ ਵੀ ਮਾਲ ਲੈ ਕੇ ਜਾਵਾਂਗਾ। ਛੱਡ ਦੇ ਨਾ ਕੱਜਿਆ, ਤੁਹਾਨੂੰ ਕੀ ਹੋਇਆ? ਉਹ ਜਗਿਆ ਤੂੰ? ਆਹੋ ਬੇਟੇ ਮੂੰਹ ਬਾਲਾ ਵਾਂਗੂ ਰੋਣ ਲੱਗ ਪਿਆ, ਗੱਲ ਕੀ ਹੋਈ ਹੈ? ਮੇਰੇ ਨਾਲ ਬੜਾ ਧਰੋਹ ਕੀਤਾ ਉਹਨਾਂ ਨੇ। ਕਿਹਨਾਂ ਨੇ? ਉਹ ਨਾ ਡਰ ਉਹਨਾਂ ਨੇ, ਨਾਲੇ ਮੇਰਾ ਮਾਲ ਕੋ ਲਿਆ ਨੇ, ਨਾਲੇ ਮੇਰੇ ਖੁੰਨੇ ਸੇਕ ਦਿੱਤੇ ਨੇ, ਇਹ ਵੇਖ ਮੇਰੀ ਕਮੀਜ਼। ਬਾਕੀ ਦੀ ਕਮੀਜ਼ ਕਿੱਥੇ ਆ? ਅੰਦਰ। ਉਹ ਫਿਕਰ ਨਾ ਕਰ, ਜਿੰਨਾ ਤੇਰੇ ਖੁੰਨੇ ਸੇਕਣ ਨਾ ਮੈਂ ਵੀ ਉਹਨਾਂ ਦੇ ਖੁੰਨੇ ਸੇਕ ਦਿਆਂਗਾ, ਤੂੰ ਆ ਮੇਰੇ ਨਾਲ। ਮੈਨੂੰ ਵੀ ਹੱਥ ਖੋਲਿਆ ਬੜੇ ਦਿਨ ਹੋ ਗਏ ਨੇ। ਆ ਮੇਰੇ ਯਾਰ ਦਾ ਮਾਲ ਵਾਪਸ ਕਰ ਦਿਓ ਬਈ। ਹਾਰ ਜਿੱਤ ਜੂਏ ਚਾਹੁੰਦੇ ਆ, ਨਹੀਂ ਚੱਕਿਆ ਮਾਲ ਕਿਸ ਹਿਸਾਬ ਵਿੱਚ ਵਾਪਸ ਕਰਦੀ ਹੈ? ਇਹਨਾਂ ਦਾਣਾ ਬਣਾ ਕੇ ਪਾਇਆ ਜਗ੍ਹਾ ਭਾਜੀ, ਇੰਝ ਲੱਗਦਾ ਜਿਵੇਂ ਤੁਹਾਨੂੰ ਪੁਰਾਣੀਆਂ ਮਾਲਾ ਭੁੱਲ ਗਈ ਹੋਈ। ਤੁਸੀਂ ਰਾਹ ਭੁੱਲ ਗਿਆ, ਇੱਧਰ ਕੀ ਆ ਗਈ ਇਹਦੇ ਸਾਡੇ ਭਾਗ ਹੀ ਜਾਗ ਪੈ ਗਿਆ। ਤੁਹਾਨੂੰ ਵੇਖ ਕੇ ਕਿਸ ਕਾਫਰ ਨੂੰ ਹੋਸ਼ ਰਹਿੰਦੀ ਹੈ? ਤੈਨੂੰ ਪਤਾ ਨਹੀਂ ਤੂੰ ਕਿਹਦੇ ਨਾਲ ਗੱਲ ਪਿਆ ਕਰ ਰਿਹਾ। ਮੈਨੂੰ ਪਤਾ, ਮੈਂ ਆਪਣੇ ਖਾਨ ਬਾਦਲ ਦੀ ਕੱਲੀ ਕੱਲੀ ਧੀ ਪੰਜ ਫੁੱਲਾਂ ਰਾਣੀ ਰੇਸ਼ਮਾ ਨਾਲ ਗੱਲ ਕਰ ਰਿਹਾ, ਪਰ ਮੈਨੂੰ ਇਹੋ ਜਿਹੀਆਂ ਗੱਲਾਂ ਬਿਲਕੁਲ ਪਸੰਦ ਨਹੀਂ। ਤੂੰ ਮੈਨੂੰ ਮੌਕਾ ਦੇ, ਮੈਂ ਤੇਰੇ ਮਤਲਬ ਦੀਆਂ ਗੱਲਾਂ ਵੀ ਕਰਾਂਗਾ।
ਤੈਨੂੰ ਮੇਰੇ ਮੂੰਹ ਆਪਣੀ ਹਸਨ ਦੀ ਤਾਰੀਫ ਸੁਣ ਕੇ ਖੁਸ਼ੀ ਨਹੀਂ ਹੋਈ? ਰੱਖ ਆਪਣੇ ਦਿਲ ਦੇ ਹੱਥ ਤੇ ਖਾ ਮੇਰੀ ਕਸਰ। ਹਾਏ ਮੈਂ ਮਰ ਗਿਆ, ਇੱਥੇ ਯਾਦ ਰੱਖੀ ਰੱਖ। ਮੈਨੂੰ ਤੇਰੀ ਕਸਮ, ਹਾਏ ਮੈਂ ਮਰ ਗਿਆ, ਤੂੰ ਮੇਰਾ ਕੁਝ ਨਹੀਂ ਲੱਗਦਾ। ਹਾਲੇ ਤਾਂ ਕੁਝ ਨਹੀਂ ਲੱਗਦਾ ਪਰ ਜਗ ਗਿਆ। ਤੂੰ ਚੁੱਪ ਕਰ ਨਹੀਂ, ਆਰਾਮ ਨਾਲ ਰਹਿ। ਠੀਕ ਹੈ ਦੀਦੀ, ਕਿਸੇ ਦੇ ਆਰਾਮ ਨਾਲ ਬੈ ਕੇ ਗੱਲ ਕਰਨੀ। ਅੱਜ ਗਿਆ ਜੱਤੀ ਆਲ, ਔਰ ਹੁਣ ਤਾਂ ਮੇਰੇ ਮੂੰਹ ਤੇ ਆਲੂ ਵੀ ਪੈ ਗਏ ਨੇ। ਓਏ ਹੋਏ, ਉਹ ਕੀ ਮਰਦਾ ਜਾਣੇ, ਵੇਖਦਾ ਨਹੀਂ ਬਾਹਰ ਉਸਨ ਦੀ ਸਰਕਾਰ ਆਈ ਹੈ? ਉਹ ਥੋੜੀ ਦੇਰ ਹੋਰ ਮਾਰ ਖਾ ਲੈ। ਬੇਚਾਂਗੇ, ਮਹੀਨਾ ਦੋ ਮਹੀਨੇ ਮੇਰਾ ਗੁਜ਼ਾਰ ਲਾਂਗੇ, ਹੁਣ ਤਾਂ ਕਣਕਾਂ ਵੱਡੀਆਂ ਹੋ ਜਾਣਗੀਆਂ, ਫਿਰ ਬਹਿ ਕੇ ਆਰਾਮ ਨਾਲ ਵੇਚ ਕੇ ਖਾਵਾਂ ਪੀਵਾਂਗੇ। ਮੈਂ ਕਿਹਾ ਸਰਕਾਰ ਚਲੋ ਹੁਣ ਗੁੱਸਾ ਥੁੱਕ ਲਿਆ। ਵੇਖੋ ਨਾ, ਉਸਨ ਤੇ ਐਡਾ ਗਰੂਰ ਤੇ ਮਾਨ ਚੰਗਾ ਨਹੀਂ ਹੁੰਦਾ, ਤੇ ਜੇ ਤੂੰ ਬੜੀ ਸੋਹਣੀ ਹੈ ਨਾ, ਗੱਭਰੂ ਮੇਰੇ ਵਰਗਾ ਵੀ ਘੱਟ ਹੀ ਮਾਵਾਂ ਨੇ ਜੰਮਿਆ ਹੋਣਾ। ਤੂੰ ਚੁੱਪ ਕਰ ਨਹੀਂ, ਆਰਾਮ ਨਾਲ ਵੇਖ ਲੈ, ਫਿਰ ਕਹਿੰਦੀ ਆਰਾਮ ਨਾਲ ਹੱਥ ਜੇ ਕਿਲੇ ਬੈਠ ਲੱਗੇ। ਓਏ ਆਟੀ ਛੱਤੀ ਮਾਰਦਾ ਕਿਉਂ ਜਾਣਾ? ਔਰ ਤੂੰ ਚੱਕੇ ਦਾ ਯਾਰ ਹੈ, ਚੱਕੇ ਦਾ ਸ਼ੇਰ ਬਣ ਸ਼ੇਰ। ਤੁਸੀਂ ਕਿੱਥੇ ਤੁਰ ਪਾਇਆ? ਮੇਰਾ ਰਸਤਾ ਛੱਡ ਦੇ ਜਗਿਆ। ਛੱਡ ਦੇ ਨਾ, ਫਿਰ ਕਦੋਂ ਮਿਲੋਗੇ? ਇਹ ਕੋਈ ਜ਼ਬਰਦਸਤੀ ਹੈ, ਮੈਂ ਤੈਨੂੰ ਨਹੀਂ ਮਿਲਣਾ ਚਾਹੁੰਦੀ। ਸੋਚ ਲੈ, ਆਏਗੀ। ਚੱਕਿਆ, ਤੂੰ ਚੁੱਪ ਕਰ ਨਹੀਂ, ਆਰਾਮ ਨਾਲ ਰਹਿ। ਅਬੇ ਲੈ, ਫਿਰ ਤੀਸਰੀ ਵਾਰੀ ਵੀ ਕਹਿੰਦੀ ਆਰਾਮ ਨਾਲ ਆਟੋ ਟੁੱਟ ਗਏ। ਕਿਆ ਹੋਏ, ਉਹ ਪੱਕ ਨਹੀਂ ਹੋਏ। ਉਹ ਮੈਂ ਕਿਹਾ, ਉਹ ਮੇਰੀ ਗੱਲ ਦਾ ਜਵਾਬ ਤਾਂ ਦਿੱਤੀ ਜਾਓ। ਉਹ ਕਿਧਰੇ ਮੈਂ ਕੁਆਰਾ ਹੀ ਨਾ ਮਰ ਜਾ, ਪਰ ਇੱਕ ਗੱਲ ਯਾਦ ਰੱਖੀ, ਜੋੜੀ ਤੇਰੀ ਤੇ ਮੇਰੀ ਸਜਦੀ ਏ। ਜੱਗੇ ਨੇ ਸਾਨੂੰ ਸਿਰਫ ਮਾਰੇ ਹੀ ਨਹੀਂ ਮਾਂ ਜੀ, ਉਹਨੇ ਸਾਡੇ ਕੋਲੋਂ ਪੈਸੇ ਵੀ ਖੋ ਲਏ ਨੇ। ਉਹ ਬੜਾ ਹੱਥ ਛੁੱਟ ਹੋ ਗਿਆ, ਗੱਲ ਬਾਅਦ ਚ ਕਰਦਾ ਤੇ ਕਸੂਰ ਪਹਿਲੇ ਮਾਰ ਦਿੰਦਾ। ਇੰਨਾ ਤੇ ਸੋਚੋ, ਜੇ ਉਹਨੇ ਕਿਤੇ ਬੰਦੇ ਨੂੰ ਥਾਂ ਮਾਰ ਦਿੱਤਾ ਤੇ ਫਿਰ ਕੀ ਬਣੇਗਾ? ਮੈਂ ਤੇ ਆਪ ਉਹਦੀਆਂ ਰੋਜ਼ ਰੋਜ਼ ਸ਼ਿਕਾਇਤਾਂ ਤੋਂ ਤੰਗ ਆ ਗਈ ਹਾਂ। ਅੱਜ ਉਹਨੂੰ ਘਰ ਆ ਲੈਣ ਦਿਓ, ਉਹਦੀ ਇਹੋ ਜਿਹੀ ਮੁਰੰਮਤ ਕਰਾਂਗੀ ਤੇ ਫਿਰ ਸਾਰੀ ਜ਼ਿੰਦਗੀ ਕਿਸੇ ਤੇ ਹੱਥ ਚੁੱਕਣ ਦੀ ਜੁਰਅਤ ਨਹੀਂ ਕਰੇਗਾ। ਹੋਰ ਚੂ ਪੁੱਤਰ, ਇੱਥੇ ਵੀ ਆ ਗਏ? ਮਾਂ, ਤੂੰ ਕਿੰਨਾ ਦੀਆਂ ਗੱਲਾਂ ਚ ਆ ਗਈ ਹੈ? ਇਹ ਸਾਰੇ ਹੀ ਮੁਫ਼ਤ ਬਰ ਸਨ, ਪਿੰਡ ਦੇ ਮੁੰਡਿਆਂ ਨੂੰ ਜੂਏ ਤੇ ਲਾ ਕੇ ਮਾਲ ਬਣਾ ਦੇਣੀ। ਕੀ ਕਹਿ ਰਹੇ? ਉਹ ਮੈਂ ਸੱਚ ਕਹਿ ਰਿਹਾ ਮਾਂ, ਝੂਠੇ ਹੋ ਸਨ ਜੇ ਸੱਚੇ ਹੁੰਦੇ ਤੇ ਮੇਰੀ ਸ਼ਕਲ ਵੇਖ ਕੇ ਨੱਸਦੇ ਕਿਉਂ? ਇੱਧਰ ਵੇਖ, ਮਾਰ ਮਾਰ ਕੇ ਹੀਰੇ ਦਾ ਮੂੰਹ ਪਿੱਛੂ ਵਰਗਾ ਬਣਾਤਾ ਹੈ। ਜੱਗਾ ਠੀਕ ਕਹਿੰਦਾ ਮਾਂ ਜੀ, ਜੱਗਾ ਹਮੇਸ਼ਾ ਠੀਕ ਕਹਿੰਦਾ, ਤੂੰ ਉਹਨਾਂ ਨੇ ਜੂਆ ਖੇਡਣਾ ਕਿਉਂ? ਮੈਂ ਕੋਈ ਜਾਣ ਕੇ ਥੋੜੀ ਖੇਡਣਾ, ਉਹ ਪਹਿਲੇ ਮੈਨੂੰ ਜ਼ਬਰਦਸਤੀ ਜੂਏ ਵਾਸਤੇ ਲੈ ਜਾਂਦੇ ਨੇ, ਫਿਰ ਮੈਂ ਜਦੋਂ ਜੂਆ ਖੇਡਣਾ ਤੇ ਮੇਰੇ ਪੈਸੇ ਤੁਰ ਕਰ ਲੈਂਦੇ ਨੇ ਤੇ ਬਾਅਦ ਵਿੱਚ ਮਾਰਦੇ ਨੇ, ਐਵੇਂ ਕੋ ਨੰਦਰਾ ਮਾਰ ਮਾਰ ਕੇ ਮੇਰਾ ਕੀ ਹਜਮ ਕਰ ਰਿਹਾ? ਚੁੱਪ ਕਰ, ਜੱਗਾ ਤੂੰ ਵੀ ਬੜਾ ਠੀਕ ਹੈ, ਤੈਨੂੰ ਰੋਜ਼ ਛਿੱਤਰ ਪੈਂਦੇ ਨੇ, ਪਰ ਜੂਆ ਖੇਡਣ ਤੋਂ ਤੂੰ ਵੀ ਨਹੀਂ ਮੁੜਦਾ। ਤੂੰ ਬਿਲਕੁਲ ਠੀਕ ਆਖਿਆ ਵਾ, ਅੱਜ ਤੌਬਾ ਕਰੇਗਾ ਤੇ ਛੱਡਾਂਗਾ, ਚੱਲ ਕੰਨ ਫੜ। ਮੇਰੇ ਕੋਲ ਚਲੇ ਜਾਂਦੇ ਨੇ? ਉਹ ਮਾਂ, ਤੁਹਾਨੂੰ ਕਹਿੰਦਾ ਕੰਨ ਫੜ ਫੜਾ ਕੇ ਹੋਈ ਗੱਲ ਗੌਰਮੈਂਟ ਕੋ ਦੁਰੇ ਖਾਣਗੇ ਨਾ ਤੇ ਆਪੇ ਠੀਕ ਹੋ ਜਾਣਗੇ। ਮੈਂ ਕਿਹਾ ਭਰੋਈਆ ਸਾਹਿਬ,
ਤੁਸੀਂ ਕਿੱਧਰ ਟੁਰ ਪਾਇਆ ਹੋ? ਫੈਂਟੀ ਤਾਂ ਮੈਨੂੰ ਲਾਈ ਹੈ ਭਾਜੀ ਦੇ ਜਨਾਬ, ਮੈਂ ਇੱਜ਼ਤ ਹੀ ਕਰਨਾ। ਉਹ ਬਸ ਜਾਣ ਦੀ ਤਿਆਰੀ ਕਰ ਲਈ ਹੈ ਜਗਿਆ, ਇੰਨੇ ਹੀ ਦਿਨ ਤਾਂ ਹੋ ਗਏ ਨੇ ਆਇਆ ਨੂੰ। ਔਰ ਯਾਰ ਕੁਝ ਦਿਨ ਹੋਰ ਠਹਿਰ ਜਾਇਆ ਵਰਾ, ਤੈਨੂੰ ਤਾਂ ਪਤਾ ਸਾਡੀ ਭੈਣ ਸਾਨੂੰ ਬੜੇ ਹੀ ਦਿਨਾਂ ਬਾਅਦ ਮਿਲਣੀ ਆਈ ਹੈ। ਕਿਉਂ ਮਾਂ ਜੀ? ਮੈਂ ਤਾਂ ਬਥੇਰਾ ਰੋਕ ਲਈ ਹੈ, ਇਹ ਰੁਕਦਾ ਹੀ ਨਹੀਂ। ਯਾਰ ਜ਼ਰੂਰ ਠਹਿਰ ਜਾਂਦਾ, ਪਰ ਤੂੰ ਤਾਂ ਜਾਣਦਾ ਫਸਲਾਂ ਦੀ ਕਟਾਈ ਦਾ ਵੇਲਾ ਆ ਗਿਆ। ਓਏ ਤਾਂ ਗੱਲ ਤੇਰੀ ਠੀਕ ਹੈ, ਕਟਾਈ ਦਾ ਵੇਲਾ ਆ ਗਿਆ, ਪਰ ਕਟਾਈ ਤੂੰ ਕਰਨੀ ਕਿ ਇਹਨੇ ਕਰਨੀ ਹੈ ਦੱਸੋ ਨਾ ਜੀ ਮੇਰੀ ਤਾਂ। ਓ ਯਾ ਬਈ ਵਾ, ਤੈਨੂੰ ਵੀ ਗੱਲੇ ਚੁੱਪਣ ਦਾ ਬੜਾ ਸ਼ੌਕ ਹੈ। ਪੁੱਛੋ ਤੂੰ, ਚੁੱਪ ਕਰ ਵੇ, ਤੂੰ ਹਰ ਗੱਲ 'ਚ ਜ਼ਰੂਰ ਦਖਲ ਦੇਣਾ ਹੁੰਦਾ। ਕਮਾਲ ਹੋ ਗਈ ਹੈ ਮਾਂ, ਜਿਹੜੀ ਮੱਤ ਤੂੰ ਮੈਨੂੰ ਦੇਣੀ ਉਹ ਮੈਂ ਲੋਕਾਂ ਨੂੰ ਦੇ ਛੱਡਣਾ, ਮੇਰੇ ਨਸੀਬੇ 'ਚ ਤੇਰੇ ਕੋਲੋਂ ਝਾੜਾ ਹੀ ਲਿਖੀ ਹੈ ਮਾਂ। ਲੱਗਿਆ ਤੈਨੂੰ ਖਾਨ ਬਹਾਦਰ ਸਾਹਿਬ ਨੇ ਅਵੇਲੀ ਬੁਲਾਇਆ। ਅੱਛਾ ਲਓ ਮਾਂ ਜੀ, ਮੈਂ ਖਾਨ ਬਹਾਦਰ ਦੀ ਗੱਲ ਸੁਣ ਕੇ ਆਉਣਾ ਤੇ ਵਾਪਸ ਆ ਕੇ ਭੈਣ ਨੂੰ ਮੈਂ ਆਪ ਤੋਰਾਂਗਾ। ਅਗਲਾ ਬਾਜਾ ਯਾਰ ਤੋਂ ਵੀ ਮਾਣਾ ਹੋਣਾ। ਹਾਂ ਜੀ, ਖਾਨ ਬਹਾਦਰ ਨਾਲ ਇਹਦਾ ਮੇਲ ਜੋ ਮੈਨੂੰ ਕੋਈ ਚੰਗਾ ਨਹੀਂ ਲੱਗਦਾ। ਇਦਰਾ ਤੁਹਾਨੂੰ ਤਾਂ ਖੁਸ਼ ਹੋਣਾ ਚਾਹੀਦਾ ਮਾਂ ਜੀ ਕਿ ਵੀਹਾਂ ਪਿੰਡਾਂ ਦਾ ਮਾਲਕ ਜੱਗੇ ਨੂੰ ਆਪ ਹਵੇਲੀ ਬਣਾਉਂਦਾ। ਇੱਥੇ ਨਾ ਪੰਦਾ ਨਾ ਪਤਰੀ ਰਾਤ ਲੈ ਵੀ ਜੱਗਿਆ ਕੰਮ ਕੋ ਕਸੂੜੀ ਦਾ ਪੈ ਗਿਆ ਖਾਨ ਬਹਾਦਰ ਨੂੰ। ਆਹੋ ਚੱਲ ਕਰ ਲੈਣੀ ਮੈਂ। ਤੂੰ ਤੇਰਾ ਪਿੱਛਾ ਕਰਦਾ ਹੋਇਆ ਮੈਂ ਇੱਥੇ ਆਇਆ ਵਾ, ਬੁਲਾਵਾ ਆਇਆ ਸੀ ਆ ਗਏ। ਤੇਰਾ ਮਤਲਬ ਤੈਨੂੰ ਇੱਥੇ ਮੈਂ ਬੁਲਾਇਆ? ਤੇਰਾ ਮਤਲਬ ਇੱਥੇ ਮੈਂ ਆਪ ਆਇਆ? ਐਡੀ ਦੂਰੋਂ ਮੁਰੱਬਿਆਂ ਤੋਂ ਟੁਰ ਕੇ ਆਇਆ ਤੁਹਾਡੀ ਹਵੇਲੀ ਤੱਕ ਜਨਾਬ। ਮੈਂ ਤੈਨੂੰ ਨਾਲ ਲੈ ਕੇ ਚੱਲਾਂ? ਕਿਉਂ, ਤੇਰੇ ਪੈਰਾਂ ਨੂੰ ਮਹਿੰਦੀ ਲੱਗੀ? ਤੂੰ ਲਾਡ ਸਾਹਿਬ ਹੈ? ਮੈਂ ਲਾਡ ਸਾਹਿਬ ਤੋਂ ਘੱਟ ਵੀ ਨਹੀਂ ਹੈਗਾ, ਜੇ ਯਕੀਨ ਨਹੀਂ ਨਾ ਆਉਂਦਾ ਤਾਂ ਆਪਣੇ ਆਪੇ ਨੂੰ ਪੁੱਛ ਲੈ। ਤੇਰਾ ਦਿਮਾਗ ਉਹਨਾਂ ਨੇ ਖਰਾਬ ਕੀਤਾ ਹੋਇਆ, ਰੱਬ ਖੈਰ ਕਰੇ ਸਵੇਰ ਦੇ ਅੰਗਰੇਜ਼ ਅਫਸਰ ਵੀ ਆਏ ਹੋਏ ਨੇ। हमने पूरा बात आपको समझा दिया, अब बोलो आप क्या कहना मानते हैं? मैं अपने इलाके के सब तो दलेर जीदार ते वफादार नौजवान जगन बुलाया है, जिहड़ा साडे हर बुरे वक्त काम आता है। वेल वेल, नाम तो बहादुर लोगों की माफक लगता, लेकिन अब हम ये देखना मानता कि वो हमारा क्या मदद कर सकता है। सलाम साहब बहादुर, जब तानू मेरी मदद की लोड़ पै गई है तो फिर खुल के गल कर साहब बहादुर। ਵੈਲਕਮ ਯੰਗ ਮੈਨ, ਵੈਲਕਮ। ਖਾਨ ਬਹਾਦਰ ਤੁਹਾਡਾ ਬਹੁਤ ਤਾਰੀਫ ਬੋਲ ਰਿਹਾ। ਇਹਨਾਂ ਦੀ ਮਿਹਰਬਾਨੀ ਹੈ ਜਨਾਬ। ਬਾਤ ਜੀ ਹੈ ਜੱਗਾ, ਹਮਾਰਾ CID ਨੇ ਹਮਕੋ ਇਤਲਾਹ ਦਿਆ ਹੈ ਕਿ ਇੱਕ ਖੌਫਨਾਕ ਡਾਕੂ ਜਿਸਨੇ ਬਹੁਤ ਸਾਰੇ ਬੇਗੁਨਾਹ ਲੋਕਾਂ ਦਾ ਕਤਲ ਕੀਆ, ਬੱਚੋਂ ਕੋ ਜ਼ਬਾਹ ਕੀਆ, ਔਰਤੋਂ ਕਾ ਇੱਜ਼ਤ ਲੁੱਟਾ, ਉਧਰ ਤੁਹਾਰੇ ਇਲਾਕਾ ਮੈਂ ਛੁਪਾ ਹੁਆ ਹੈ। ਲੋਕਾਂ ਕਾ ਜਾਨੋ ਮਾਲ ਔਰ ਇੱਜ਼ਤ ਕਾ ਹਿਫਾਜ਼ਤ ਕਰਨਾ ਹਮਾਰਾ ਫਰਜ਼ ਹੈ, ਇਸ ਲਈ ਹਮ ਇਨਸਾਨੀਅਤ ਕੇ ਨਾਂ ਪਰ ਤੁਮਕੋ ਬੋਲਟਾ ਕਿ ਤੁਮ ਉਸਕੋ ਬਰਸਾਤ ਕਰਨੇ ਹਮਾਰਾ ਮਦਦ ਕਰੋ। ਜੋ ਤੁਸਾਂ ਆਖਿਆ ਜੇ ਸੱਚ
तो फिर उन्हें मैं फड़ांगा भी आप ते सजा भी अपने हाथी दियांगा। तुसी सिर्फ मैनू दी निशानी दस दिओ जिहदे नाल मैं उन्हें शिनाख्त कर सका। उसका निशानी यह है कि उसका दोनों बाजू कटा हुआ है। की किया जे उहदे दोवे बाजू वड्डे होए ने, फिर मैं आम नहीं फड़ सकता। उसको मामूली आदमी मत समझो जग्गा, उसका दहशत से पूरा हिंदुस्तान कांप रहा है। वो हमारा हुकूमत के लिए बहुत बड़ा खतरा बन चुका है। वड़ी वही अब्बा वाले को डर रहे हो साहब बहादुर? मैं तो सुनिया ताड़ी हुकूमत च सूरज नहीं डुबदा। जग्गिया मैं तेने इत्थे इस वास्ते बुलाया कि तू साहब बहादुर नूं यकीन दवा दे कि उन छेती तो छेती फड़ के इन्हां दे हवाले करे। नहीं खान बहादुर नहीं, बड़े खतरनाक बंदे जिदे को साहब बहादुर पहले ही पै डरते ने, फड़ के इन्हों के हवाले नहीं करांगा। जुर्मा की सजा उन्हें माफ दियांगा। इन्ना नहीं उहदियां बाहां वड्डियां ने, मैं उहदा सिर ला दियांगा। लगान पहले भी निस्बत दूना कर दिता गया है, वो इस वास्ते के जंग लगी हुई है, हुकूमत को अनाज की सख्त जरूरत है। ये ऑर्डर ना मनन वाला हुकूमत बरतानिया का फौजी करार दिता जाएगा। सब कुछ की हो गया है, ਸਾਡੀਆਂ ਖੁਸ਼ੀਆਂ ਨੂੰ ਕਿਹਦੀ ਨਜ਼ਰ ਖਾ ਗਈ ਹੈ? ਸੁੱਖ ਤਾਂ ਇਸ ਗੱਲ ਦਾ ਕਿ ਫਸਲਾਂ ਦੂਣੀਆਂ ਹੋਈਆਂ ਸਨ ਤੇ ਲਗਾਨ ਵੀ ਦੂਣਾ ਹੋ ਗਿਆ। ਸਾਡੀ ਹਰ ਖੁਸ਼ੀ ਬੇਮੌਤ ਮਰ ਗਈ ਹੈ। ਇਹ ਸੁਕਮ ਸੁਣਾਉਣ ਤੋਂ ਤੇ ਬਿਹਤਰ ਸੀ ਸਾਨੂੰ ਮੌਤ ਦਾ ਹੁਕਮ ਸੁਣਾ ਦਿੱਤਾ ਜਾਂਦਾ। ਚਾਚਾ ਖੁਦਾ ਬਖਸ਼ਾ, तू तो मेरी गल सुन, ये पिंड वालों की होया? हाले भी कुछ पूछना बाकी रह गया। पिंड वाले दियां अखां विच तेरे प्यू दियां खुशियां अथरू बन के रह गईयां ने। खान बहादुर ने लगान बता के पूरे पिंड उत्ते जुलम कीता है। पिंड वाले ने तेरे को लम्मू मोड़ लिया ते फिर की होया? तू खान बहादुर दी धी, तैनू इन्हां कमी कमीन लोकां नूं मूंह लाने की लोड़ भी की? क्यों लोड़ नहीं बाबड़ा, जिन्हें लोगों से जम पल के मैं जवान हुई हाँ उन्होंने मेरा रिश्ता कदे नहीं टूट सकता। तुसी यह दसो, तुसी पिंड वाले की खुशियां का सौदा क्यों किया है? ये हुकूमत के मामले ने जिन्हें तू नहीं समझ सकती। क्यों नहीं समझ सकती? सारा पिंड एक जबान होकर कह रहा है कि जमींदार ने खान बहादुरी का खिताब लेने लिए अपना जमीन अंग्रेजा को बेच दिता है। पिंड वाले बकवास करते, ये खिताब मैंने अंग्रेज बहादुर ने वफादारी के सिले च मिले। वफादारी के सिले च? अपनी जबान नु लगाम दे रेशमा, मैं जो कुछ भी कर रहा तेरे लिए कर रहा, क्योंकि सारी जायदाद तू कल ही वारिस। जे सब कुछ मेरे वास्ते कर रहे हैं बाबला, ते फिर मैनू इन्हां चीजां दी कोई लोड़ नहीं। इस वास्ते कि दुनिया की सारी दौलत इकट्ठी कर लो, अखीर दुनिया तो खाली हाथी जाना पैदा है,
ਦੋਜ਼ਖ ਦਾ ਇਹ ਸਮਾਨ ਮੇਰੇ ਵਾਸਤੇ ਜਮਾ ਨਾ ਕਰ ਬਾਬਲਾ, ਮੈਨੂੰ ਪਿੰਡ ਵਾਲਿਆਂ ਦੀ ਖੁਸ਼ੀ ਦੇ ਸਿਵਾ ਹੋਰ ਕੁਝ ਨਹੀਂ ਚਾਹੀਦਾ। ਮੈਨੂੰ ਪਿੰਡ ਵਾਲਿਆਂ ਦੀ ਖੁਸ਼ੀ ਨਾਲ ਕੋਈ ਦਿਲਚਸਪੀ, ਮੈਨੇ ਦੌਲਤਾਂ ਹਵੇਲੀਆਂ ਤੇ ਜਗੀਰਾਂ ਦੀ ਲੋੜ, ਤੇ ਮੇਰੀ ਇਹ ਲੋੜ ਸਿਰਫ ਅੰਗਰੇਜ਼ ਬਾਰੇ ਹੀ ਪੂਰੀ ਕਰ ਸਕਦਾ। ਜੇ ਇਹ ਜ਼ਰੂਰਤ ਤੁਹਾਡਾ ਈਮਾਨ ਬਣ ਗਈ ਹੈ ਤੇ ਫਿਰ ਪਿੰਡ ਵਾਲਿਆਂ ਦੀ ਖੁਸ਼ੀਆਂ ਦਾ ਸੌਦਾ ਕਰਕੇ ਤੁਹਾਡਾ ਹੱਥ ਕਿਉਂ ਰੁਕਿਆ ਹੈ? ਮੇਰੀ ਬਾਂਹ ਫੜ ਕੇ ਮੈਨੂੰ ਵੀ ਕਿਸੇ ਚਿੱਟੀ ਚਮੜੀ ਵਾਲੇ ਕੋਲ ਲੈ ਚੱਲੋ, ਸ਼ਾਇਦ ਮੇਰੇ ਬਦਲੇ ਤੁਸੀਂ ਕਿਸੇ ਨਵੀਂ ਹਵੇਲੀ ਦੇ ਮਾਲਕ ਬਣ ਜਾਓ, ਤੁਹਾਨੂੰ ਕੋਈ ਨਵੀਂ ਜਗੀਰ ਮਿਲ ਜਾਏ। ਜਵਾਨ ਔਲਾਦ ਤੇ ਹੱਥ ਚੁੱਕਦਿਆਂ ਤੈਨੂੰ ਸ਼ਰਮ ਨਹੀਂ ਆਉਂਦੀ? ਇਹ ਨਾ ਤੂੰ ਲੈ ਜਾ ਮਾਂ, ਇਹ ਮੇਰੀ ਕੋਈ ਗੱਲ ਨਹੀਂ ਮੰਨਦਾ। ਗੱਲ ਤੇ ਤੂੰ ਹੀ ਮੇਰੀ ਕੋਈ ਨਹੀਂ ਮੰਨਦਾ, ਫਿਰ ਗਿਲਾ ਕਿਸ ਗੱਲ ਦਾ ਹੈ? ਅੱਜ ਮੂੰਹ ਕਵੇਂਗਾ, ਕੱਲ ਉਹ ਹੀ ਕੰਨੀ ਸੁਣੇਗਾ। ਮੈਂ ਕੁਝ ਸੁਣਨਾ ਨਹੀਂ ਚਾਹੁੰਦਾ। ਹੁਣ ਤੈਨੂੰ ਕੁਝ ਸੁਣਨ ਦੀ ਲੋੜ ਵੀ ਕੀ ਹੈ? ਤੂੰ ਜਿਹੜਾ ਜ਼ੁਲਮ ਕਰਨਾ ਸੀ ਕਰ ਬੈਠਾ ਹੈ। ਪਰ ਇੱਕ ਗੱਲ ਯਾਦ ਰੱਖੀ ਹਾਕਮਾ, ਜਿਸ ਵੇਲੇ ਜ਼ੁਲਮ ਹੱਦ ਤੋਂ ਵੱਧ ਜਾਂਦਾ ਹੈ ਮਿਟ ਜਾਂਦਾ ਹੈ। ਕਮੀ ਕਮੀਨ ਲੋਕਾਂ ਦੀ ਹਮਾਇਤ ਵਿੱਚ ਬੋਲ ਕੇ ਤੁਸੀਂ ਦੋਵਾਂ ਨੇ ਸਾਬਤ ਕਰ ਦਿੱਤਾ ਤੁਹਾਨੂੰ ਮੇਰੇ ਤੋਂ ਜ਼ਿਆਦਾ ਪਿੰਡ ਵਾਲਿਆਂ ਨਾਲ ਹਮਦਰਦੀ। ਕਿਉਂ ਨਾ ਹੋਵੇ, ਇਹ ਉਹ ਸਾਂਝੇ ਜਿਹਨੂੰ ਦੁਨੀਆ ਦਾ ਕੋਈ ਰਿਸ਼ਤਾ ਨਹੀਂ ਤੋੜ ਸਕਦਾ। ਤੂੰ ਪਿੰਡ ਦੀ ਉਸ ਮਿੱਟੀ ਦਾ ਸੌਦਾ ਕੀਤਾ ਹੈ ਜਿਹਦੇ ਵਿੱਚੋਂ ਸਾਡੇ ਸਾਰਿਆਂ ਦਾ ਖਮੀਰ ਉੱਠਿਆ ਹੈ, ਤੇ ਜਿਹੜਾ ਬੰਦਾ ਆਪਣੇ ਦੇਸ਼ ਦੀ ਆਬਰੂ ਦਾ ਸੌਦਾ ਕਰ ਸਕਦਾ ਹੈ ਉਹ ਧੀ ਦਾ ਮੁੱਲ ਵੀ ਵੱਟ ਸਕਦਾ ਹੈ। ਹਾਂ ਨਹੀਂ ਬੋਲਵੇ, ਹਾਨ ਬਹਾਦਰ ਤੂੰ ਪਿੰਡ ਵਾਲਿਆਂ ਲਈ ਹੋਵੇਗਾ, ਮੇਰੇ ਲਈ ਨਹੀਂ। ਜੇ ਮੈਨੂੰ ਪਤਾ ਹੁੰਦਾ ਤੂੰ ਮੇਰੇ ਲਈ ਬਦਨਾਮੀ ਦਾ ਦਾਗ ਤੇ ਪਿੰਡ ਵਾਲਿਆਂ ਲਈ ਅਜ਼ਾਬ ਬਣ ਜਾਣੇ, ਤੇ ਮੈਂ ਤੇਰਾ ਜੰਮਦੇ ਦਾ ਗਲ ਕੁੱਟ ਦਿੰਦੀ ਜਾਂ ਇਹ ਦਿਨ ਵੇਖਣ ਤੋਂ ਪਹਿਲਾਂ ਜ਼ਿੰਦਾ ਨਾ ਰਹਿੰਦੀ। ਅੱਖ ਮੰਗਣ ਨਾਲ ਨਹੀਂ ਖਾਣ ਨਾਲ ਮਿਲਦਾ, ਜ਼ੁਲਮ ਨੂੰ ਬਰਦਾਸ਼ਤ ਕਰਨਾ ਵੀ ਜ਼ੁਲਮ ਕਰਨ ਦੇ ਬਰਾਬਰ ਹੁੰਦਾ ਹੈ। ਖੁਦਾ ਨੇ ਅੱਜ ਤੱਕ ਉਸ ਕੌਮ ਦੀ ਹਾਲਤ ਨਹੀਂ ਬਦਲੀ ਜਿਹਨੂੰ ਆਪਣੀ ਹਾਲਤ ਆਪ ਬਦਲਣ ਦਾ ਖਿਆਲ ਨਾ ਹੋਵੇ। ਅਸੀਂ ਕਰ ਵੀ ਕੀ ਸਕਦੇ ਹਾਂ ਮੌਲਵੀ ਜੀ, ਸਾਡੇ ਵੱਸ ਵਿੱਚ ਕੀ ਹੈ? ਹਰ ਚੀਜ਼ ਤੁਹਾਡੇ ਵੱਸ ਵਿੱਚ ਹੈ ਔਰ ਤੁਸੀਂ ਸਭ ਕੁਝ ਕਰ ਸਕਦੇ ਹੋ। ਓਏ ਬੇਸ਼ਰਮੋ, ਓਏ ਆਪਣੀਆਂ ਪੱਗਾਂ ਓਏ ਪੈਰਾਂ ਵਿੱਚ ਰੱਖਣ ਦੀ ਬਜਾਏ ਉਹਨਾਂ ਦੇ ਭਾਏ ਬਣਾ ਕੇ ਤੇ ਖਾਨ ਬਹਾਦਰ ਦੇ ਗਲ ਵਿੱਚ, ਓਏ ਆਪਣੇ ਸਿਰਾਂ ਦੇ ਕਦਮਾਂ ਚੁਕਾਉਣ ਦੀ ਬਜਾਏ ਉਹਦਾ ਸਿਰ ਲਾ ਕੇ ਤੇ ਆਪਣੇ ਕਦਮਾਂ ਚ ਲਾਉਂ ਦਿਓ। ਦੱਸੋ ਮੌਲਵੀ ਜੀ, ਜਿਹੜੀ ਸਾਡੀ ਹਿੰਮਤ ਤੋਂ ਵੱਧ ਹੈ? ਕੋਈ ਗੱਲ ਤੁਹਾਡੀ ਹਿੰਮਤ ਤੋਂ ਵੱਧ ਨਹੀਂ ਹੋ ਸਕਦੀ। ਮਿਹਨਤ ਕਰਨ ਵਾਲੇ ਹੱਥਾਂ ਵਿੱਚ ਉਹ ਤਾਕਤ ਹੁੰਦੀ ਹੈ ਜਿਹੜੀ ਜ਼ੁਲਮ ਕਰਨ ਵਾਲੇ ਹੱਥਾਂ ਵਿੱਚ ਕਦੀ ਵੀ ਨਹੀਂ ਹੋ ਸਕਦੀ। ਯਾਦ ਰੱਖੋ, ਜਿਸ ਦਿਨ ਮਜ਼ਲੂਮ ਦੇ ਸੀਨੇ ਵਿੱਚ ਜ਼ੁਲਮ ਦੇ ਖਿਲਾਫ ਨਫ਼ਰਤ ਦਾ ਅਹਿਸਾਸ ਜਾਗ ਜਾਂਦਾ ਹੈ, ਉਹ ਦਿਨ ਜ਼ਿੰਦਗੀ ਦਾ ਆਖਰੀ ਦਿਨ। ਕਹਿਣਾ ਬਹੁਤ ਸੌਖਾ ਮੌਲਵੀ ਜੀ, ਪਰ ਕਰਕੇ ਵਿਖਾਉਣਾ ਬਹੁਤ ਔਖਾ ਹੁੰਦਾ ਜੇ। ਤੁਸਾਂ ਵੀ ਜ਼ਬਾਨ ਹੀ ਚਲਾਈਏ ਪਰ ਅੱਥੀ ਕੁਝ ਨਹੀਂ ਕੀਤਾ। ਤੁਸਾਂ ਨੇ ਮਸਜਿਦ 'ਚ ਬਹਿ ਕੇ ਵਾਅਦਾ ਕੀਤੀ ਹੈ ਮੌਲਵੀ ਸਾਹਿਬ, ਪਰ ਮੈਦਾਨ 'ਚ ਖਲੋ ਕੇ ਕਿਸੇ ਨੂੰ ਲਲਕਾਰਿਆ ਨਹੀਂ। ਲਲਕਾਰਿਆ ਸੀ, ਇਸ ਤਰ੍ਹਾਂ ਲਲਕਾਰਿਆ ਸੀ ਰੰਗੀ ਹਕੂਮਤ ਦੇ ਜ਼ੁਲਮ ਦਾ ਤਖ਼ਤਾ ਚੋਲ ਗਿਆ ਸੀ। ਸਬੂਤ ਚਾਹੁੰਦੇ ਹੋ? ਦੋਵੇਂ ਬਾਜ਼ੂ ਕੱਟ ਕੇ ਵੀ ਅੰਗਰੇਜ਼ ਮੇਰੇ ਸੀਨੇ ਵਿੱਚੋਂ ਉਹ ਅੱਗ ਨਹੀਂ ਬੁਝਾ ਸਕਿਆ ਜਿਹੜੀ ਹਕੂਮਤ ਦੇ ਖਿਲਾਫ ਅੱਜ ਵੀ ਮੇਰੇ ਸੀਨੇ ਵਿੱਚ ਭੜਕ ਰਹੀ ਹੈ। ਮੇਰੇ ਬਾਜ਼ੂ ਨਹੀਂ, ਫਿਰ ਕੀ ਹੋਇਆ? ਮੇਰੀ ਜ਼ਬਾਨ ਤੇ ਪਈ ਬੋਲਦੀ ਏ, ਇਹ ਉਦੋਂ ਤੱਕ ਕਲਮਾ ਹੱਕ ਕਹਿੰਦੀ ਰਹੇਗੀ ਜਦੋਂ ਤੱਕ ਮੇਰੇ ਸਾਹ ਨਹੀਂ ਮੁੱਕ ਜਾਂਦੇ ਜਾਂ ਇਹ ਕੱਟ ਨਹੀਂ ਜਾਂਦੀ ਜਾਂ ਮੇਰੇ ਦੇਸ਼ ਦੀ ਜ਼ਮੀਨ ਤੋਂ
ਕੋਈ ਫਰੰਗੀ ਦੇ ਨਾ ਪਾ ਕਦਮ ਨਹੀਂ ਉੱਠ ਜਾਂਦੇ। ਕੀ ਆਖਿਆ ਜੀ? ਮੌਲਵੀ ਦੀਆਂ ਬਾਹਾਂ ਵੱਡੀਆਂ ਹੋਈਆਂ ਨੇ। ਆਪਣੀ ਕੌਮ ਨੂੰ ਜਗਾਉਣਾ ਚਾਹੁੰਦਾ ਵਾਂ, ਪਰ ਇਹਨਾਂ ਦੀਆਂ ਨੀਂਦਰਾਂ ਹੋਰ ਗੋੜੀਆਂ ਹੁੰਦੀਆਂ ਜਾਂਦੀਆਂ ਨੇ। ਮੇਰੇ ਪਰਦੇਗਾਰਾ, ਕਿਧਰੇ ਮੈਂ ਹਸਰਤ ਦਿਲ ਵਿੱਚ ਲੈ ਕੇ ਨਾ ਮਰ ਜਾਵਾਂ ਕਿ ਮੈਂ ਇਹਨਾਂ ਵਿੱਚੋਂ ਇੱਕ ਬੰਦੇ ਦੇ ਸੀਨੇ ਵਿੱਚ ਵੀ ਆਜ਼ਾਦੀ ਦੀ ਸ਼ਮਾ ਰੋਸ਼ਨ ਨਹੀਂ ਕਰ ਸਕਿਆ। ਮੇਰੇ ਮਾਲਕਾ, ਮੈਨੂੰ ਆਪਣੀ ਜ਼ਾਤ ਵਾਸਤੇ ਕੁਝ ਨਹੀਂ ਚਾਹੀਦਾ, ਸਿਰਫ ਤੇਰੇ ਨਾਂ ਦਾ ਬੋਲਬਾਲਾ ਚਾਹੁੰਦਾ। ਇਸ ਗੁਲਾਮ ਕੌਮ ਵਿੱਚ ਕੋਈ ਐਸਾ ਮੁਜਾਹਿਦ ਪੈਦਾ ਕਰ ਦੇ ਜਿਹੜਾ ਇਸ ਵਤਨ ਦੇ ਕਦਮਾਂ ਵਿੱਚ ਪਈਆਂ ਹੋਈਆਂ ਗੁਲਾਮੀ ਦੀਆਂ ਜ਼ੰਜੀਰਾਂ ਨੂੰ ਕੱਟ ਸਕੇ। ਮੇਰੇ ਮਾਲਕਾ, ਮੇਰੀ ਦੁਆ ਕਬੂਲ ਕਰ ਲੈ। ਮੈਂ ਤੇਰੇ ਦਰਬਾਰ ਵਿੱਚ ਸੁਰਖਰੂ ਹੋ ਕੇ ਆਉਣਾ ਚਾਹੁੰਦਾ, ਸੁਰਖਰੂ ਹੋ ਕੇ ਆਉਣਾ ਚਾਹੁੰਦਾ, ਸੁਰਖਰੂ ਹੋ ਕੇ ਆਉਣਾ ਚਾਹੁੰਦਾ। ਤਲਵਾਰ ਚੁੱਕ ਤੇ ਆਪਣਾ ਫਰਜ਼ ਪੂਰਾ ਕਰ। ਮੁਹੰਮਦ ਅਲੀ ਨੂੰ ਤੇਰੇ ਵਰਗੇ ਬਹਾਦਰ ਦੇ ਹੱਥੋਂ ਮਰ ਲੱਗਿਆ ਕੋਈ ਦੁੱਖ ਨਹੀਂ ਹੋਵੇਗਾ। ਮੈਨੂੰ ਮਾਫ਼ ਕਰ ਦਿਓ ਮੋਲੀ ਜੀ, ਮੈਨੂੰ ਮਾਫ਼ ਕਰ ਦਿਓ ਮੋਲੀ ਜੀ, ਮੈਨੂੰ ਗਲਤ ਇਤਲਾਹ ਮਿਲੀ ਸੀ। ਤੂੰ ਇਸ ਝੂਠ ਤੇ ਕਿਸ ਤਰ੍ਹਾਂ ਇਤਬਾਰ ਕਰ ਲਿਆ ਸੀ ਜਗਿਆ? ਸੱਚ ਉਹ ਨਹੀਂ ਜਿਹੜਾ ਤੂੰ ਫਰੰਗੀ ਡਾਕੂਆਂ ਕੋਲੋਂ ਸੁਣ ਕੇ ਆਇਆ, ਸੱਚ ਤੇ ਹੈ ਜਿਹੜਾ ਤੂੰ ਆਪਣੀਆਂ ਅੱਖਾਂ ਨਾਲ ਵੇਖ ਰਿਹਾ ਹੈ। ਅੱਖਾਂ ਨਾਲ ਵੇਖ ਵੀ ਲਿਆ ਤੇ ਦਿਲ ਨਾਲ ਯਕੀਨ ਵੀ ਕਰ ਲਿਆ। ਜਗਿਆ, ਰੱਬ ਨੇ ਤੁਹਾਡੀ ਦੁਆ ਕਬੂਲ ਕਰ ਲਈ ਹੈ ਮਾਲਵੀ ਸਾਹਿਬ। ਇਹ ਤਲਵਾਰ ਨੇ ਆਮ ਚ ਤੁਹਾਡਾ ਸਿਰ ਲਾਹਣ ਲਈ ਨਿਕਲੀ ਸੀ, ਪਰ ਅੱਜ ਦੇ ਬਾਅਦ ਇਹ ਹਰ ਉਹ ਸਿਰ ਲਾ ਦੇਗੀ ਜਿਹੜਾ ਤੁਹਾਡੇ ਖਿਲਾਫ ਉੱਠਣ ਦੀ ਜ਼ਰੂਰਤ ਕਰੇਗਾ। ਜਿੰਨੀ ਛੇਤੀ ਹੋ ਸਕੇ ਜੱਗੇ ਬੁਲਾ ਕੇ ਲਿਆ। ਮਾਲੇ ਦੀ ਸ਼ਨਾਖਤ ਵੀ ਹੋ ਗਈ ਹੈ ਤੇ ਉਹਨੇ ਆਪਣੇ ਜੁਰਮ ਦੇ ਕਾਰਨ ਪੂਰੇ ਪਿੰਡ ਦੇ ਸਾਹਮਣੇ ਕਰ ਲਿਆ। ਜੱਗੇ ਨੂੰ ਬੁਲਾਉਣ ਦੀ ਲੋੜ ਨਹੀਂ ਖਾਨ ਬਹਾਦਰ, ਜੱਗਾ ਆਪ ਚੱਲ ਕੇ ਆ ਗਿਆ। ਖਾਲੀ ਹੱਥ ਆ ਕੇ ਦੇਖਿਆ, ਤੂੰ ਤੇ ਉਸ ਡਾਕੂ ਦਾ ਸਿਰ ਲਾਉਣ ਦਾ ਵਾਅਦਾ ਕੀਤਾ ਸੀ। ਉਹ ਡਾਕੂ ਨਹੀਂ, ਮੁਜਾਹਿਦ। ਇਹ ਤੂੰ ਕੀ ਕਹਿ ਰਿਹਾ ਜਗਿਆ? ਮੈਂ ਠੀਕ ਕਹਿ ਰਿਹਾ ਖਾਨ ਬਹਾਦਰ ਸਾਹਿਬ। ਅੰਗਰੇਜ਼ ਨੇ ਜਿਹੜੀ ਗੱਲ ਜ਼ਬਾਨ ਨਾਲ ਕੀਤੀ ਸੀ, ਅੱਖੀ ਵੇਖਿਆ ਤੇ ਝੂਠ ਨਿਕਲੀ ਹੈ। ਅੰਗਰੇਜ਼ ਬਹਾਦਰ ਕਦੀ ਝੂਠ ਨਹੀਂ ਬੋਲ ਸਕਦਾ ਜਗਿਆ। ਉਹਨੇ ਝੂਠ ਮੇਰੇ ਨਾਲ ਹੀ ਨਹੀਂ ਤੁਹਾਡੇ ਨਾਲ ਵੀ ਬੋਲਿਆ ਖਾਨ ਬਹਾਦਰ ਸਾਹਿਬ। ਮੈਨੂੰ ਅੱਜ ਪਤਾ ਲੱਗਾ ਹੈ ਅੰਗਰੇਜ਼ ਸਾਡੀ ਕੌਮ ਦੇ ਮੁਜਾਹਿਦਾਂ ਨੂੰ ਕਿਸ ਰੂਪ 'ਚ ਪੇਸ਼ ਕਰ ਰਿਹਾ ਹੈ। ਤੈਨੂੰ ਗਲਤ ਫਹਿਮੀ ਹੋਈ ਹੈ ਜਗਿਆ। ਪਹਿਲਾਂ ਹੋਈ ਸੀ ਪਰ ਹੁਣ ਨਹੀਂ।
एक गल याद रखना, जहोन किसी ने मालवी साहब की शान च गुस्ताखी की मैं ओदा सिर धड़ तो फट कर दियागा। सच बोलना मुसलमान का सेवा है, ते जावर सुल्तान के सामने कलमा हक कहना सब तो बड़ा जहाद है। पुत्रो जे आवाज बुलंद कर लगे सिर भी लह जाए ना तो शहादत का रुतबा ले जाता है। अपने नापाक कदम खुदा के पास परमिट रखी गिरफ्तार कर लो इसे। किसी ने मालवी साहब से वल हाथ बताया रब दी थां मां दे हाथ मर जाएगा। टमटम है मैं तेरी माता तो चुप करके चला जा फेंक दिया नहीं तो मैं तो सारिया दे चक्के कर जाएगा। गिरफ्तार कर लेते जगा देगा।
मेरी सास तक याद रखी। फरंगी तेरे वतन का दुश्मनी, तेरी कौम का दुश्मनी, तेरे सोने मोहम्मद के कलमे का दुश्मनी। ये नापाक कदम अपने पाक सरजमीन तो कटन वास्ते अपने खून का आखिरी कतरा भी देना पड़े। शाम का एक मामूली जवान का ये चुनत के हमारा ऑफिसर लोग पर हर हो जाए, हमारा सिपाही मारा जाए और डीएसपी कत्ल हो जाए, ऐसे जो यस सर गाड़ी में लाद से तुम्हारा ड्यूटी है के चक्का नामी जवान को जिंदा या मुर्दा पकड़कर हमारे सामने पेश करूं। ये हमारा इज्जत और ब्रिटिश गवर्नमेंट के वकार का सवाल है। ओके सर। जग्गा जिंदा बच के आ सकता, जे फाए लगन तो बच भी गया ते
जेल दे हनेरे आई सारी जिंदगी ठोकर खाता रहेगा। जो तुसी समझते हो मैं वो नहीं। फिर क्यों है तू जे ना दस ते फिर पता करना चाहने। बहुती देर इस हवालात च नहीं रहना पेगा जवाना, समझ कर ले। तू एक दिन वास्ते कैद हो गया है कि मुड़ाई तेरा साडा सरदार है कुछ अखड़ा करे सी इस हवालात उच्चियां कंधा नूं अपने आप डप जांदे।
ਜੇ ਤੂੰ ਐਡਾ ਹੀ ਬਹਾਦਰ ਤਾਂ ਫਿਰ ਜੇਲ ਤੱਕ ਕਿਸ ਤਰ੍ਹਾਂ ਪੜਿਆ? ਜ਼ਰੂਰੀ ਨਹੀਂ ਜਵਾਨਾ ਕਿ ਤੇਰੇ ਹਰ ਸਵਾਲ ਦਾ ਜਵਾਬ ਹੀ ਦੇ। ਬੜੇ ਦਿਨਾਂ ਬਾਅਦ ਇੱਕ ਜੀਦਾਰ ਨੂੰ ਵੇਖਿਆ ਜਿਹੜਾ ਸਾਡੇ ਦਿਲ ਨੂੰ ਚੰਗਾ ਲੱਗਾ। ਸਾਡਾ ਜੀ ਨਹੀਂ ਚਾਹੁੰਦਾ ਕਿ ਉਹ ਮੁੜ ਕੇ ਜੇਲ ਚ ਬੰਦ ਹੋ ਜਾਏ। ਤੂੰ ਮੇਰਾ ਨਹੀਂ ਆਪਣਾ ਫਿਕਰ ਕਰ ਜਵਾਨਾ, ਇੱਥੋਂ ਨੱਸਣ ਵਾਲੀ ਗੱਲ ਕਰ। ਕਿਧਰੇ ਤੈਨੂੰ ਇਹਨਾਂ ਸਿੱਖਾਂ ਦੇ ਪਿੱਛੇ ਮੇਰੇ ਨਾਲ ਹੀ ਨਾ ਖਲੋਣਾ ਪੈ ਜਾਏ। ਕਾਹਨੋਂ ਕਾਹਨ ਕੈਦ ਕਰ ਸਕਦਾ ਜਵਾਨਾ? ਅਸਾਂ ਇੱਕ ਕਸਮ ਖਾਧੀ ਹੋਈ ਹੈ ਕਿ ਸਾਡਾ ਕਦੋਂ ਫਰੰਗੀ ਦੀ ਜੇਲ ਚ ਸਿਰਫ ਜੇਲ ਤੋੜਨ ਵਾਸਤੇ ਆ ਸਕਦਾ, ਸਜ਼ਾ ਕੱਟਣ ਵਾਸਤੇ ਨਹੀਂ। ہم بالکل ٹھیک بولتا خان بہادر، اب تم کو پہلے کا نسبت بہت زیادہ احتیاط سے رہنا ہوئے گا۔ پر جگہ جیل چ نس کسے گیا صاحب بہادر؟ سونا ڈاکو اور اس کا ساتھی جیل توڑ کر بھاگ نکلا ہے اور جگہ بھی اس کے ساتھ مل گیا ہے۔ اب یہ دونوں مل کر ایک ایسا طاقت بن جائے گا جو تمہارے لیے موت اور ہمارا حکومت کے لیے بہت بڑا خطرہ بن سکتا ہے۔ چنگا بھجوانا، میں چلنا۔ اور اس کا ساتھی جیل توڑ کر بھاگ نکلا ہے اور جگہ بھی اس کے ساتھ مل گیا ہے۔ اب یہ دونوں مل کر ایک ایسا طاقت بن جائے گا جو تمہارے لیے موت اور ہمارا حکومت کے لیے بہت بڑا خطرہ بن سکتا ہے۔ چنگا بھجوانا، میں چلنا۔ زندگی رہی تو پھر ملانا۔ جان تو پہلو ایک گل دے دس جا جوانا، تو جلو باہر نہیں سے آنا چاہتا تو پھر مینو لے کے کیوں نسیا؟ میں نہیں سا چاہتا کہ تیری قسم کٹے تو تو فرنگی دی جیل چڑھ۔ تو ساری قسم دا مان رکھے، تو اگر چاہے تو سارے حیاتی ساڈے کول رہ سکنا۔ اتنے نہ تینوں قانون دی اک بیٹھے گی تے نہ فرنگی دا ڈر۔ رب کولوں ڈرن والے دنیا دی کسے طاقت کول نہیں ڈرتے جوانا۔ میں تیرا ساتھ کس گل پیچھے دیتا ہے ਇਹਦਾ ਅੰਦਾਜ਼ਾ ਮੈਨੂੰ ਆਪਣੇ ਘਰ ਦੀ ਦਹਲੀਜ਼ ਤੇ ਖਲੋ ਕੇ ਹੋਵੇਗਾ। ਰੱਬ ਰਾਖਾ। ਤੂੰ ਨਹੀਂ ਜਾ ਸਕਦਾ ਜਵਾਨਾ, ਇੱਥੇ ਆਉਣ ਦੇ ਤੇ ਕਈ ਰਸਤੇ ਨੇ ਪਰ ਜਾਣ ਦਾ ਕੋਈ ਰਸਤਾ ਨਹੀਂ। ਜੱਗਾ ਜਿਹੜਾ ਵੀ ਕਦਮ ਚੁੱਕਦਾ ਹੈ ਆਪਣੀ ਮਰਜ਼ੀ ਨਾਲ ਨਹੀਂ, ਰੱਬ ਦੇ ਭਰੋਸੇ ਤੇ ਚੁੱਕਦਾ ਹੈ। ਇਹਨੂੰ ਜਾਣ ਦੇ ਰਾਜੂ, ਇਹਨੇ ਸਾਡਾ ਟਿਕਾਣਾ ਵੇਖ ਲਿਆ ਸੋਹਣਿਆ, ਕਿਧਰੇ ਸਾਡੇ ਵਾਸਤੇ ਖਤਰਾ ਨਾ ਬਣ ਜਾਏ। ਮੌਤ ਦੇ ਪੰਜੇ ਵਿੱਚ ਪੰਜਾ ਪਾਉਣ ਵੇਲੇ ਜਵਾਨ ਕਿਸੇ ਖਤਰੇ ਕੋਲੋਂ ਨਹੀਂ ਡਰਦੇ। ਇਹਨੂੰ ਜਾਣ ਦਿਓ, ਇਹ ਮੇਰਾ ਹੁਕਮ ਹੈ। ਇਹਨੂੰ ਇਸ ਤਰ੍ਹਾਂ ਭੇਜ ਕੇ ਤੂੰ ਚੰਗਾ ਨਹੀਂ ਕੀਤਾ ਸੋਹਣਿਆ। ਚੁੱਪ ਕਰ। ਜੀਦਾਰ ਦਾ ਖੂਨ ਗੱਦਾਰ ਨਹੀਂ ਹੋ ਸਕਦਾ। ਜਿਹੜਾ ਕਾਨੂੰਨ ਨਾਲ ਮੱਥਾ ਲਾ ਸਕਦਾ ਹੈ ਉਹ ਕਾਨੂੰਨ ਦਾ ਮੁਖਬਰ ਕਦੀ ਨਹੀਂ ਹੋਵੇਗਾ। ਜਿਹਨੇ ਸਾਨੂੰ ਮਾਰਨਾ ਹੋਇਆ ਤੇ ਫਿਰ ਕਿਸੇ ਹੋਰ ਦਾ ਸਹਾਰਾ ਨਹੀਂ ਲਵੇਗਾ, ਮੌਤ ਬਣ ਕੇ ਆਪ ਸਾਡੇ ਤੱਕ ਪਹੁੰਚੇਗਾ। ਜੱਗਿਆ, ਅੰਗਰੇਜ਼ਾਂ ਨੇ ਤੇਰੇ ਘਰ ਨੂੰ ਅੱਗ ਲਾ ਦਿੱਤੀ।
ਮਿੱਠੀ ਨੀਂਦਰਾ ਸੌ ਰਿਹਾ ਹੈ। ਜੱਗਿਆ ਤੂੰ ਤੂੰ ਕੀ ਸਮਝਿਆ ਸੀ? ਕਿਰਾਏ ਦੇ ਬੰਦੇ ਪੈਰੇ ਤੇ ਬਿਠਾ ਕੇ ਤੂੰ ਮੇਰੇ ਤੋਂ ਭੱਜ ਜਾਏਗਾ? ਪਰ ਮੇਰਾ ਕਸੂਰ ਤੇ ਦੱਸ, ਮੇਰਾ ਜੁਰਮ ਕੀ ਹੈ? ਜੁਰਮ ਮੈਂ ਕਿਵੇਂ ਤੇ ਦੱਸਾਂ? ਮੌਤ ਕੋਲੋਂ ਵੀ ਵੱਡੀ ਸਜ਼ਾ ਹੋਵੇ ਤੇ ਦਿਲ ਕਰਦਾ ਤੈਨੂੰ ਸਜ਼ਾ ਦੇਵਾਂ। ਜੱਗਿਆ ਇਹਨੂੰ ਮਾਫ਼ ਕਰ ਦੇ। ਜੱਗਿਆ ਇਹ ਮੇਰਾ ਪੁੱਤਰ ਹੈ। ਪਰ ਇਹ ਮੇਰਾ ਦੁਸ਼ਮਣ ਹੈ। ਦੁਸ਼ਮਣ ਨੂੰ ਮਾਫ਼ ਕਰ ਦੇਣਾ ਬਹਾਦਰਾਂ ਦਾ ਸ਼ਿਵਾ ਹੈ। ਇਹ ਸਿਰਫ ਮੇਰਾ ਦੁਸ਼ਮਣ ਹੁੰਦਾ ਤੇ ਮੈਨੂੰ ਮਾਫ਼ ਕਰ ਦਿੰਦਾ। ਇਹ ਮੇਰੀ ਕੌਮ ਦਾ ਵੀ ਦੁਸ਼ਮਣ ਹੈ, ਮੇਰੇ ਵਤਨ ਦਾ ਵੀ ਦੁਸ਼ਮਣ ਹੈ। ਮੈਂ ਕਿਉਂ ਜਾਣੀ ਛੱਡਾਂਗਾ? ਮੈਂ ਤੇਰੇ ਕੇ ਹੱਥ ਚੋਣੀ ਆ। ਮੈਂ ਤੁਹਾਡੇ ਪੈਰੀ ਪਹਿਲਾਂ ਮੈਂ ਆਪਣਾ ਦੁਪੱਟਾ ਤੇਰੇ ਕਦਮਾਂ 'ਚ ਰੱਖਣੀ ਆ। ਮੈਂ ਆਪਣੇ ਕਦਮਾਂ 'ਚ ਦਾ ਸਿਰ ਦੇਖਣਾ ਚਾਹਨਾ। ਮਾਂ ਪੁੱਤਰ ਨੂੰ ਆਪਣੀ ਅੱਖਾਂ ਦੇ ਸਾਹਮਣੇ ਮਰਦਿਆਂ ਨਹੀਂ ਵੇਖ ਸਕਦੀ। ਮੈਂ ਵਤਨ ਤੇ ਗੱਦਾਰ ਨੂੰ ਜਿਉਂਦਾ ਨਹੀਂ ਵੇਖ ਸਕਦਾ। ਤੈਨੂੰ ਸਾਹਮਣੇ ਆਪਣੀ ਮੂਹੀ ਮਾਂ ਦੀ, ਇਹਨੂੰ ਕੁਝ ਨਾ ਕਹੀਂ, ਇਹਨੂੰ ਕੁਝ ਨਾ ਕਹੀਂ। ਸੋਚਣ ਕੀ ਲੱਗਦੇ ਆ ਜੱਗਿਆ, ਸਵਾਲੀ ਬਣ ਕੇ ਤੇਰੇ ਸਾਹਮਣੇ ਇੱਕ ਮਾਂ ਖਲੋਤੀ ਹੈ ਤੇ ਮਾਂ ਉਹ ਹੱਸਦੀ ਹੈ ਜਿਹੜੀ ਰੱਬ ਦੇ ਸਾਹਮਣੇ ਵੀ ਸਵਾਲੀ ਬਣ ਕੇ ਖਲੋ ਜਾਏ ਤੇ ਇੰਨੀ ਦੇਰ ਉਹਦੀ ਚੋਲੀ ਨੂੰ ਉਹਨੇ ਖਾਲੀ ਨਹੀਂ ਰਹਿਣ ਦਿੰਦਾ। ਮੇਰੀ ਮਾਂ ਦਾ ਵਾਸਤਾ ਦੇ ਕੇ ਤੇ ਰੱਬ ਦਾ ਨਾਂ ਲੈ ਕੇ ਅੱਜ ਤੱਕ ਇਹਦੀ ਜਾਨ ਬਚਾ ਲਈ ਹੈ। ਪਰ ਇੱਕ ਗੱਲ ਇਹਨੂੰ ਵੀ ਚੰਗੀ ਤਰ੍ਹਾਂ ਸਮਝਾ ਦੇ ਕਿ ਜਿੰਨੀ ਵੀ ਛੇਤੀ ਹੋ ਸਕੇ ਫਰੰਗੀ ਹਕੂਮਤ ਦੀ ਵਫ਼ਾਦਾਰੀ ਦਾ ਪ੍ਰਵਾਨਾ ਵਾਪਸ ਕਰ ਦੇ, ਨਹੀਂ ਤੇ ਅੱਜ ਤੋਂ ਬਾਅਦ ਕੋਈ ਵੀ ਆਉਣ ਵਾਲੀ ਰਾਤ ਇਹਦੀ ਜ਼ਿੰਦਗੀ ਦੀ ਆਖਰੀ ਰਾਤ ਹੋ ਸਕਦੀ ਹੈ। ਤੈਨੂੰ ਇਹ ਗੱਲ ਕਰਦਿਆਂ ਸ਼ਰਮ ਆਉਣੀ ਚਾਹੀਦੀ ਹੈ। ਦੋ ਘੜੀ ਪਹਿਲਾਂ ਤੇਰੀ ਜ਼ਿੰਦਗੀ ਉਹਦੇ ਇੱਕ ਇਸ਼ਾਰੇ ਦੀ ਮੁਤਾਜ ਸੀ। ਉਹ ਸੁੱਤਿਆਂ ਮੇਰੇ ਸਿਰ ਤੇ ਅੰਤ ਖਲੋਤਾ ਸੀ। ਜੇ ਉਹ ਮੇਰੇ ਜਾਗਦਿਆਂ ਆਉਂਦਾ ਤੇ ਫਿਰ ਉਹਦੀ ਲਾਸ਼ ਇਸ ਹਵੇਲੀ ਚੋਂ ਬਾਹਰ ਨਾ ਜਾਂਦੀ। ਫਿਰ ਕਦੇ ਉਹਦੀ ਮੌਤ ਦੀ ਗੱਲ ਨਾ ਕਰੀ ਹਾਕਮਾ। ਅੱਜ ਤੋਂ ਬਾਅਦ ਜਿੰਨੇ ਮਾਂ ਕਿਹਾ ਮੈਨੂੰ ਵੇਖ ਕੇ ਹੈਰਾਨ ਕਿਉਂ ਕਿਹਾ ਜੱਗਿਆ? ਇਸ ਵਾਸਤੇ ਕਿ ਕਦੀ ਮੈਂ ਤੇਰੇ ਪਿੱਛੇ ਆਉਣਾ ਸਾਂ ਤੇ ਅੱਜ ਤੂੰ ਆਪ ਟੁਰ ਕੇ ਮੇਰੇ ਪਿੱਛੇ ਆ ਗਈ ਹੈ। ਹਾਂ ਜੱਗਿਆ, ਕਦੀ ਬੰਦਾ ਮੰਜ਼ਿਲ ਦੇ ਪਿੱਛੇ ਨੱਸਦਾ ਹੈ ਤੇ ਕਦੀ ਮੰਜ਼ਿਲ ਆਪ ਚੱਲ ਕੇ ਉਹਦੇ ਕੋਲ ਪਹੁੰਚ ਜਾਂਦੀ ਹੈ। ਪਰ ਹੁਣ ਮੈਂ ਉਹ ਜੱਗਾ ਨਹੀਂ ਰਿਹਾ ਰੇਸ਼ਮਾ। ਮੈਂ ਵੀ ਉਸ ਜੱਗੇ ਕੋਲ ਨਹੀਂ ਆਈ। ਪੁਰਾਣੀ ਜ਼ਿੰਦਗੀ ਦਾ ਕੋਈ ਨਕਸ਼ ਮੇਰੀ ਜ਼ਿੰਦਗੀ 'ਚ ਬਾਕੀ ਨਹੀਂ ਰਹਿ ਗਿਆ। ਜੇ ਮੇਰੇ ਕੋਲੋਂ ਕੋਈ ਭੁੱਲ ਹੋ ਗਈ ਹੈ ਤੇ ਮੈਨੂੰ ਮਾਫ਼ ਕਰ ਦੇ ਰੇਸ਼ਮਾ। ਇਹ ਕੀ ਕਹਿ ਰਿਹਾ ਜੱਗਿਆ? ਤੂੰ ਤੇ ਜ਼ੁਲਮ ਦੇ ਖਿਲਾਫ ਆਵਾਜ਼ ਬੁਲੰਦ ਕਰਕੇ ਇਹ ਸਾਬਿਤ ਕਰ ਦਿੱਤਾ ਹੈ ਕਿ ਤੇਰੇ ਅੰਦਰ ਦਾ ਇਨਸਾਨ ਜਾਗ ਪਿਆ ਹੈ। ਹੁਣ ਮੈਨੂੰ ਤੇਰੇ ਨਾਲ ਕੋਈ ਗਿਲਾ ਨਹੀਂ। ਜਿਹੜਾ ਖਵਾਬ ਮੈਂ ਵੇਖਿਆ ਸੀ ਉਹ ਤੇਰੇ ਰੂਪ 'ਚ ਪੂਰਾ ਹੋ ਗਿਆ ਹੈ। ਖਾਨ ਬਹਾਦਰ ਦੀ ਧੀ ਦੀ ਇਹ ਸੋਚ ਵੀ ਹੋ ਸਕਦੀ ਹੈ? ਇਹ ਤਕਦੀਰ ਦਾ ਖੇਲ ਹੈ ਜੱਗਿਆ।
कि मैं खान बहादुर के घर पैदा हुई हूं, पर मेरी सोच उन्हां कोलों वखरी है। इस वास्ते तू अज मैनू उस रूप विच नजर आया जिहड़ा मैनू पसंद सी। ਇਹ ਤੇ ਉਹ ਸ਼ਹੀਦ ਦੀ ਨਜ਼ਰ ਦਾ ਕਮਾਲ ਹੈ ਰੇਸ਼ਮਾ, ਜਿਹਨੇ ਮੇਰੀ ਤਕਦੀਰ ਬਦਲ ਦਿੱਤੀ ਹੈ। ਹੁਣ ਪਿਆਰ ਦੀ ਇੱਕ ਨਜ਼ਰ ਨਾਲ ਮੇਰੀ ਵੀ ਤਕਦੀਰ ਬਦਲਦੇ ਜਗਿਆ। ਜਿਸ ਰਾਹ ਤੇ ਮੈਂ ਕਦਮ ਰੱਖਿਆ ਉਹਦੀ ਮੰਜ਼ਿਲ ਪਿਆਰ ਨਹੀਂ, ਮੌਤ ਹੈ ਰੇਸ਼ਮਾ। ਜੇ ਮੌਤ ਦੇ ਮੁੱਲ ਵੀ ਤੇਰਾ ਪਿਆਰ ਮਿਲ ਜਾਏ ਤੇ ਰੱਬ ਦੇ ਸੌ ਮੈਂ ਹੱਸ ਕੇ ਗੱਲ ਨਾ ਲਾ ਲਾਂਗੀ। मैं ठीक कहनी है जगिया, अज तो साडा रस्ता भी एक ते मंजिल भी एक है। ਤੇਰੇ
बहादुर, जग्गा तुम्हारे इलाके का जवान है, उसे गिरफ्तार कराना तुम्हारा फर्ज। तुम फिक्र ना करो साहब बहादुर, मैं जग्गे ने गिरफ्तार कराने से कोई कसर नहीं छोड़ा। बात बोलो खान बहादुर, यह ऑर्डर ऊपर से आया है, अगर जग्गा गिरफ्तार नहीं हुआ तो इसका अंजाम आप जानते हैं। मैं जानना साहब बहादुर, जग्गा हुकूमत बरतानिया का बागी है, ओदा वजूद साढ़े वर्गे वफादार लिए खतरे का निशान है, या किसी वेले भी साड़ी जान ले सकते। मेरा प्यार तेरे रस्ते की कंध नहीं बनेगा जग्गा, जे तेरी जिंदगी मुल्क के कौम की अमानत है। ते साहब ने मैं भी देश से नावे ला चुकी हूँ। मैं ठीक कह रही हूँ, जे वेले ने कभी आजमाइश छिपाया तेरा पतिसो तेरे तो पहला जान देंगी। जग्गे की पसंद के मुँह है जबान चंगी लगी है रेशमा, जे तेन यकीन ही आ गया है तो फिर मैं अपने नाल ले चल। वतन की आजादी ले मैं तेरे मोटे नाल मोटा जोड़ के लड़ांगी। नहीं रेशमा नहीं, तू खान बहादुर के वेली च रह के भी काम ते मुल्क की खिदमत उसी तरह कर सकनी है जिस तरह मैं अपने फर्ज ते मुहाद ते खड़ो के कर रहा, और इस वास्ते कि मेरे खिलाफ हर तूफान तेरे प्यो की हवेली च उठेगा ते ओदी इतला अज तो बाद तू मैनू पुछा ली। इस मफरूरी के जमाने से तू भी मेरा बचपन का यार है, जरा मेरे काम आ रहा। काम कितों का नाम आखिर मैं तेरा यार हाँ। और सुना कोई नवी खबर? चुप कर गया, खैर ते है ना शमो भैन दे गल लड़का पैदा होया। ओए तो बड़ी खुशी की गल है, चलिया तो फिर तू उदास क्यों हो गया? उसकी हालत बड़ी नाजुक है, तो हर साल तेन याद भी करती है। एक ही कहता ही रहा मेरी भैन की हालत ना सके, मैं मिलने लिए उन्हें जाना था। अच्छा क्या तेरा उठे जाना खतरा तो खाली नहीं, पुलिस ने चारों तरफ मुखबरा के जाल बिछाए हुए ने। मैं चंगी तरह जानना रेशमा, पर भैन तो वध मैं अपनी जान भी प्यारी नहीं। शमो बड़े चिर बाद आया वीरा, कदी कदी आके मिल जाया कर, मां दे मरण तो बाद दिल नू हर वेले तेरी उड़ीक लगी रहती है। दिल तो मेरा भी बड़ा डरता है शमा, पर मैं सोच के इस घर वाल कदम नहीं बढ़ाता, कितने मेरी वजह नाल तुहाडे ते कोई मुसीबत ना आ जाए। जे तेरे लिए मौत नू भी गल ना लाना पिया ते पीछा नहीं हटांगी वीरा। खैर छड़ तू इन्हां गल्लां नू, दस इहदा नां की रखे? अकबर। तेनू पसंद है ना? तेरी पसंद गलत किस तरह हो सकती है शम्मा? सोने डाकू ने पूरे पिंड घेर लिया पुत्रों। सोना डाकू Oh!
ਕਿਹੜੇ ਵੇਲੇ ਮਿਲੇ? ਆਪਣੇ ਆਸੇ ਪਾਸੇ ਨਜ਼ਰ ਮਾਰ ਕੇ ਵੇਖੋਏ, ਤੈਨੂੰ ਇਹ ਤਮਾਸ਼ਾ ਕੈਸਾ ਲੱਗਾ? ਇਹ ਤਮਾਸ਼ਾ ਨਹੀਂ, ਇਹ ਗੁਨਾਹ ਇਨਸਾਨਾਂ ਤੇ ਹੋਣ ਵਾਲਾ ਜ਼ੁਲਮ ਹੈ ਜਿਹਨੂੰ ਮੈਂ ਬਰਦਾਸ਼ਤ ਨਹੀਂ ਕਰ ਸਕਦਾ। ਮਾਲੂਮ ਹੁੰਦਾ ਤੈਨੂੰ ਸਾਡੀ ਬਹਾਦਰੀ ਦਾ ਇਹ ਰੂਪ ਪਸੰਦ ਨਹੀਂ ਆਇਆ। ਇਹ ਬਹਾਦਰੀ ਨਹੀਂ, ਪੁਸਤਰੀ ਹੈ। ਜੱਗਿਆ, ਜੇ ਤੇਰੇ ਉਸ ਦਿਨ ਦੇ ਅਹਿਸਾਨ ਦਾ ਪਾਰ ਮੇਰੇ ਮੋਢਿਆਂ ਤੇ ਨਾ ਹੁੰਦਾ ਤੇ ਮੈਂ ਤੇਰੀ ਇਹ ਤਾਨਾ ਦੇਣ ਲਈ ਜ਼ਬਾਨ ਵੱਟ ਦਿਆਂ। ਸੋਹਣਿਆ, ਤੂੰ ਵੀ ਯਕੀਨ ਕਰ ਲੈ ਜੇ ਤੇਰੀ ਥਾਂ ਤੇ ਕੋਈ ਹੋਰ ਹੁੰਦਾ ਤੇ ਮੇਰੀ ਪਰਿਤੂਤ ਦੀ ਕੌਲੀ ਹੁਣ ਤੱਕ ਆਉਂਦਾ ਤੀਨਾ ਚੀ ਸਹੀ। ਜੱਗਿਆ, ਆਪਣੇ ਜ਼ੁਲਮ ਨੂੰ ਨਾਲ ਲੈ ਕੇ ਤੂੰ ਚਲਾ ਜਾਏ, ਮੇਰਾ ਹੁਕਮ ਤੇ ਅਸੀਂ ਕਦੇ ਵੀ ਕਿਸੇ ਦਾ ਨਹੀਂ ਮੰਨਿਆ। ਤੂੰ ਸਾਨੂੰ ਹੁਕਮ ਦੇਣ ਵਾਲਾ ਕੌਣ ਹੈ? ਆਪਣੀਆਂ ਬੰਦੂਕਾਂ ਹੇਠਾਂ ਕਰ ਲਓ, ਇਹਨੇ ਮੈਨੂੰ ਲਲਕਾਰਿਆ ਤੇ ਸ਼ੇਰ ਦੀ ਲਲਕਾਰ ਦਾ ਜਵਾਬ ਕੋਈ ਸ਼ੇਰ ਹੀ ਦੇ ਸਕਦਾ। ਕੋਈ ਸਾਡੇ ਹੱਥਾਂ ਵਿੱਚ ਹੱਥ ਪਾਵੇ ਸਾਰੀ ਜ਼ਿੰਦਗੀ ਹਸਰਤ ਹੀ ਰਹੀ। ਮੇਰੀ ਹਸਰਤ ਮੈਂ ਪੂਰੀ ਕਰ ਦੇਣਾ, ਦੇਖੀ ਕੰਗ ਨਾ ਵਖਾਈ। ਐ ਤੂੰ ਕੀ ਗੱਲ ਕੀਤੀ ਹੈ ਜਗਿਆ ਤੇ ਕਿਹਦੇ ਨਾਲ ਕੀਤੀ ਹੈ? ਐ ਮੇਰੇ ਵਰਗੇ ਜੀਦਾਰ ਤੇ ਪੈਰ ਦੀ ਮਿੱਟੀ ਨਹੀਂ ਛੱਡਦੇ, ਜੇ ਕੰਡ ਲੱਗ ਜਾਏ ਜਹਾਨ ਛੱਡ ਦਿੰਦੇ ਨੇ। ਇਹ ਬੰਦੂਕ ਕਿਸ ਲਈ ਸੁੱਟੀਏ ਕਿ ਜੇ ਗੋਲੀਆਂ ਦੀ ਜ਼ਬਾਨ ਵਿੱਚ ਗੱਲ ਹੋਈ ਤੇ ਡੰਡਾਂ ਦੀ ਤਾਕਤ ਦਾ ਪਤਾ ਨਹੀਂ ਲੱਗੇ। ਤੇ ਮੈਂ ਹੱਕ ਦਾ ਸਾਥ ਦਿੱਤਾ, ਤੂੰ ਆਪਣੇ ਲਈ ਲੜਿਆ,
ਤੇ ਮੈਂ ਸਾਰੇ ਪਿੰਡ ਦੀ ਜਾਨ ਮਾਲ ਦੀ ਹਿਫਾਜ਼ਤ ਕਰੀ। ਤੇਰੀ ਕੰਡ ਲੱਗਣ ਦਾ ਮਤਲਬ ਇਹ ਨਹੀਂ ਕਿ ਤੂੰ ਤੱਕ ਚ ਮੇਰੇ ਕੋਲੋਂ ਘੱਟ ਹੈ। ਤੈਨੂੰ ਸਜ਼ਾ ਤੇਰੇ ਖਰੂਰ ਨੇ ਦਿੱਤੀ। ਪਰ ਮੈਂ ਸ਼ਿਕਸਤ ਖਾ ਕੇ ਜ਼ਿੰਦਾ ਨਹੀਂ ਰਹਿਣਾ ਚਾਹੁੰਦਾ, ਜਗਿਆ ਨਹੀਂ ਰਹਿਣਾ ਚਾਹੁੰਦਾ। ਮੈਨੂੰ ਛੱਡੇ ਚੱਕਿਆ, ਤੁਸੀਂ ਬਹੁਤ ਦਿਲ ਕਰਦੇ ਨੇ। ਮੈਨੂੰ ਛੱਡੇ ਚੱਕਿਆ ਛੱਡੇ, ਮੈਨੂੰ ਇਹ ਜ਼ਿੰਦਗੀ ਨਹੀਂ ਚਾਹੀਦੀ। ਆ ਚੱਲਿਆ ਜ਼ਿੰਦਗੀ ਤੇ ਰੱਬ ਦੀ ਨਿਮਤ ਏ, ਮਾਰਨਾ ਹੀ ਤੇ ਆਪਣੇ ਅੰਦਰ ਤੇ ਟੱਕ ਨੂੰ ਮਾਰ। ਚੱਕਿਆ? ਹਾਂ ਸੁਣਿਆ, ਹਾਂ। ਜੇ ਤੇਰੇ ਅੰਦਰ ਦਾ ਇਨਸਾਨ ਜਾਗ ਪਵੇ ਤੇ ਕੌਮ ਦੇ ਪੈਰਾਂ 'ਚ ਪਈਆਂ ਹੋਈਆਂ ਗੁਲਾਮੀ ਦੀਆਂ ਜ਼ੰਜੀਰਾਂ ਕੱਟ ਸਕਦੀਆਂ ਨੇ। ਸੋਚਣ ਕੀ ਲੱਗ ਪਿਆ ਸੋਨੀਆ? ਹਾਲੀ ਵੀ ਵੇਲੇ ਹੀ ਤੌਬਾ ਕਰ ਲੈ, ਰੱਬ ਤੇਰੇ ਸਾਰੇ ਗੁਨਾਹ ਮਾਫ਼ ਕਰ ਦੇਗਾ। ਮੇਰੇ ਨਾਲ ਗੁਨਾਹ ਤੇ ਸਵਾਬ ਦੀ ਗੱਲ ਨਾ ਕਰ ਸਕਿਆ। ਅੱਜ ਤੱਕ ਜੋ ਦਿਲ ਕਹਿੰਦਾ ਰਿਹਾ ਮੈਂ ਉਹ ਕਰਦਾ ਰਿਹਾ ਵਾਂ, ਪਰ ਅੱਜ ਤੋਂ ਬਾਅਦ ਜੋ ਤੂੰ ਕਰੇਗਾ ਉਹ ਕਰਾਂਗਾ। ਸੋਨੀਆ ਚੱਕਿਆ, ਨਸਾਨੀ ਕੋਈ ਧਰਤੀ ਤੇ ਹੋਰ ਜੰਮਿਆ ਜਗਿਆ ਜਗਿਆ, ਉਹ ਸਾਰਾ ਜਗ ਖੈਰ ਮੰਗ ਤੱਕ ਜਿੱਥੋਂ ਲੰਘਿਆ। ਜਗ ਜੱਟ ਦਾ ਨਸਾਨੀ ਕੋਈ, ਜਗ ਜੱਟ ਦਾ, ਜਗ ਜੱਟ ਦਾ ਨਸਾਨੀ ਕੋਈ ਧਰਤੀ ਤੇ ਹੋਰ ਜੰਮਿਆ ਜਗਿਆ ਜਗਿਆ, ਉਹ ਸਾਰਾ ਜਗ ਖੈਰ ਮੰਗ ਤੱਕ ਜਿੱਥੋਂ ਲੰਘਿਆ। ਛੱਡ ਕੇ ਮੈਦਾਨ ਨੱਸਿਆ, ਛੱਡ ਕੇ ਮੈਦਾਨ ਨੱਸਿਆ, ਉਹ ਬੱਲੇ ਬੱਲੇ ਛੱਡ ਕੇ ਮੈਦਾਨ ਨੱਸਿਆ। ਗੁਰ ਸੁਣ ਕੇ ਬਲੈਤ ਚ ਡਰਦੇ ਹੈ, ਗੁਰ ਸੁਣ ਕੇ ਹੈ, ਗੁਰ ਸੁਣ ਕੇ ਬਲੈਤ ਚ ਡਰਦੇ ਹੋਣਾ ਯਾਰ, ਜੱਗ ਜੱਟ ਦਾ ਜੱਗਿਆ ਜੱਗਿਆ, ਉਹ ਸਾਰਾ ਜੱਗ ਖੈਰ ਮੰਗਦਾ ਤੂੰ ਜਿੱਥੋਂ ਲੰਘਿਆ। Thank you.
जग्गा 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 अब पूछता है वो अभी तक गिरफ्तार क्यों नहीं हुआ? सर जग्गा और उसका साथी लोग को पंजाब का लोग अपना हीरो बोलता है, हर जगह उसको पना मिल जाता है, सब लोग जानते हुए भी उसका पता नहीं बताता। सुन लिया आप लोग ने, आप जैसे हुकूमत का वफादार होते हुए जग्गे का गिरफ्तार ना होना हमारे लिए बहुत शर्म का बात है। महाराज कुछ जाचो तो है, मैं कुछ अर्ज करें। बोले बंसीलाल जी, जग्गे का रिश्ता कुछ नहीं पता, पर वोदी बहन साड़ी पे नीच रही है, अगे तुम कुछ समझदार। जग्गे का बहन, गुड वेरी गुड, थैंक यू बंसीलाल। सबको आया था किचन गीता, जिस वाहन के तू आया। अनजान मत बनो यंग मैन, तुम्हारा बीवी जग्गे का फैन है और हमको जग्गा चाहिए, और जग्गा एक है दे नहीं नहीं है तो लाना होएगा। नहीं नहीं अच्छे नहीं ले आएंगे लड़की, जग्गा इधर जरूर आएगा। कैसे आएगा ये हम जानता है, जग्गे नु पड़ंदा ख्याल दिल जग्गा दे साहब, सानू ना कुछ पता नहीं। तुमको अगर पता नहीं तो क्या हुआ, उसको तो तुम्हारा पता है, वो खुद इधर चल कर आएगा। वो इतने कभी नहीं आएगा, आजादी दे उस मुजाहिद नु गिरफ्तार कराने तो पहले असी अपनी जान कुर्बान कर देंगे, ये साडा आखिरी फैसला है। लड़की अपना आखिरी फैसला पढ़ने से पहले हमारा हुक्म सुन लो। थानेदार यस सर, इस बच्चे को काट कर दो, बराबर हिस्सों में तकसीम कर दो, एक बाप को दे दो और दूसरा माँ का चोरी में दे दो। अपना जबान बंद रखो और खुले कानों से सुनो। नहीं नहीं, अभी वक्त है, तुम अपना फैसला बदल दो, हम अपना हुक्म वापस ले लेंगे। रुक जा रुक जा, मैंने तेरी हर शर्त मंजूर है। अगर तुम्हारा दिमाग दुरुस्त हो गया है तो जाओ फौरन जग्गा से कह दो, अगर उसे अपना बहन और तुम्हारा माँ बाप का जिंदगी चाहिए तो अपने आप को थाने में पेश कर दे। ले जाओ इन सबको। Thank you.
यकीन था टोमेदार जरूर आएगा। मैं तेरी शर्त पूरी कर देती है और तू अपना कॉल पूरा कर। जरूर करेगा, जरूर करेगा। जग्गा को हथकड़ी लगा लो और इसका बहन को आजाद कर दो। Thank you.
ਨਹੀਂ ਲੱਗਾ ਤਾਂ ਫਿਰ ਤੁਸੀਂ ਕੀ ਮੂੰਹ ਲੈ ਕੇ ਮੇਰੇ ਸਾਹਮਣੇ ਆਏ ਹੋ? ਜਾਓ, ਤਲਾਸ਼ ਕਰਨ ਵਾਲੀ ਅੱਖ ਬਣ ਕੇ ਹਰ ਥਾਂ ਤੇ ਪਹੁੰਚ ਜਾਓ, ਹਰ ਪਾਸੇ ਫੈਲ ਜਾਓ। ਤੁਸੀਂ ਸਿਰਫ ਇੱਕ ਵਾਰੀ ਉਹਨਾਂ ਦਾ ਪਤਾ ਲੈ ਕੇ ਆਓ, ਵਾਪਸ ਲਿਆਉਣਾ ਸੋਹਣੇ ਦਾ ਕੰਮ ਹੈ, ਭਾਵੇਂ ਮੌਤ ਦੇ ਮੂੰਹ ਚ ਕਿਉਂ ਨਾ ਹੋ। ਡਾਕੂ ਹੈ ਜੱਗਾ, ਮੈਂ ਵਾਂ ਡਾਕੂ। ਤੁਸੀਂ ਉਹ ਜਿਹੜੇ ਸਖਤ ਮੰਦਰੋਂ ਪਾਰ ਆ ਕੇ ਸਾਡੇ ਦੇਸ ਨੂੰ ਲੁੱਟ ਰਹੇ ਹੋ। ਬਾਗੀ ਵੀ ਹੈ ਜੈ ਜ਼ੁਲਮ ਦੇ ਖਿਲਾਫ ਆਵਾਜ਼ ਚੁੱਕਣ ਦਾ ਨਾਮ ਬਗਾਵਤ ਹੈ, ਤੇ ਮੈਂ ਬਾਗੀ ਹਾਂ। ਜੇ ਜ਼ਿੰਦਾ ਰਹਿਣ ਦਾ ਹੱਕ ਮੰਗਣ ਦਾ ਨਾਮ ਬਗਾਵਤ ਹੈ, ਤੇ ਮੈਂ ਬਾਗੀ ਹਾਂ। ਜੇ ਵਤਨ ਨੂੰ ਤੁਹਾਡੇ ਜੈ ਡਾਕੂ ਅਤੇ ਲੁਟੇਰਿਆਂ ਕੋਲੋਂ ਪਛਾਣ ਦਾ ਨਾਮ ਬਗਾਵਤ ਹੈ। ਤੁਮਨੇ ਜੋ ਕੁਛ ਬੋਲਾ ਉਸਕਾ ਅੰਜਾਮ ਮਾਲੂਮ? ਜੇ ਅੰਜਾਮ ਦੀ ਪਰਵਾਹ ਕਰਦਾ ਫਰੰਗੀਆ, ਤੇ ਜ਼ੰਜੀਰਾਂ ਪਾ ਕੇ ਤੇਰੇ ਸਾਹਮਣੇ ਰੱਖ ਲੈਂਦਾ ਹੁੰਦਾ। ਇਹ ਜ਼ੰਜੀਰੇ ਉਤਰ ਵੀ ਸਕਦੀ ਹੈ ਅਗਰ ਤੁਮ ਹਕੂਮਤ ਕਾ ਵਫਾਦਾਰ ਬਣ ਕਰ ਸੋਨਾ ਡਾਕੂ ਔਰ ਆਪਣਾ ਸਾਥੀ ਲੋਕ ਕੋ ਗ੍ਰਿਫਤਾਰ ਕਰਵਾ ਦੋ। ਤੂੰ ਮੈਨੂੰ ਸਮਝਿਆ ਹੀ ਨਹੀਂ ਫਰੰਗੀਆ। ਆਪਣੀਆਂ ਜ਼ੰਜੀਰਾਂ ਲਾ ਕੇ ਦੂਸਰੇ ਦੇ ਪੈਰਾਂ ਚ ਪਵਾ ਦੇਣ ਵਾਲੇ ਮਤਾਲ ਹੁੰਦੇ ਨੇ, ਵਤਨ ਪ੍ਰਸਤ ਨਹੀਂ। ਜ਼ਿੰਦਗੀ ਬਹੁਤ ਪਿਆਰਾ ਚੀਜ਼ ਹੈ ਜਗਾ, ਚੱਕੇ ਨੂੰ ਤੇਰੀ ਪੁੱਛੀ ਹੋਈ ਜ਼ਿੰਦਗੀ ਨਹੀਂ, ਸ਼ਹਾਦਤ ਹੀ ਮੱਤ ਚਾਹੀਦੀ ਹੈ। ਅਦਬ ਸੇ ਬਾਤ ਕਰੋ, ਤੁਮ ਅਦਾਲਤ ਮੇ ਖੜਾ। ਕਿਹੜੀ ਅਦਾਲਤ ਦੀ ਗੱਲ ਕਰਨਾ ਫਰੰਗੀਆ? ਇਨਸਾਫ ਦੇ ਫੈਸਲੇ ਖੁੱਲੀਆਂ ਅਦਾਲਤਾਂ ਚ ਹੁੰਦੇ ਨੇ, ਇਹੋ ਜਿਹੇ ਬੰਦ ਤਹਿਖਾਨਿਆਂ ਚ ਨਹੀਂ। ਇਨਸਾਫ ਦੇ ਨਾਂ ਤੇ ਬੇਇਨਸਾਫੀਆਂ ਕਰਨ ਲਈ ਇਹੋ ਜਿਹੀਆਂ ਅਦਾਲਤਾਂ ਕਈ ਵਾਰ ਪਹਿਲੇ ਵੀ ਲੱਗੀਆਂ ਨੇ, ਜਿੱਥੇ ਵੇਲੇ ਦੇ ਸਭ ਤੋਂ ਸੱਚੇ ਇਨਸਾਨਾਂ ਨੂੰ ਕਦੀ ਸਹਿਰ ਦੇ ਪਿਆਲੇ ਪੀਣੇ ਪੈਣੇ, ਕਦੀ ਸੁਲੀ ਜੜ ਜਾਣ ਦੇ ਹੁਕਮ ਸੁਣਨੇ ਪੈਣੇ। ਘਬਰਾ ਕਿਉਂ ਗਿਆ ਫਰੰਗੀਆ? ਮੇਰੀ ਆਵਾਜ਼ ਇੱਥੋਂ ਬਾਹਰ ਤੇ ਨਹੀਂ ਜਾ ਰਹੀ? ਤੁਹਾਡਾ ਆਵਾਜ਼ ਅਬ ਹਮੇਸ਼ਾ ਕੇ ਲਈ ਖਾਮੋਸ਼ ਹੋ ਜਾਏਗਾ। ਚੱਕਾ ਹੁਣ ਕੱਲੀ ਆਵਾਜ਼ ਨਹੀਂ ਫਰੰਗੀਆ, ਇਹ ਅਦਾਲਤੀ ਦਾ ਉਹ ਨਾਰਾ ਹੈ ਜਿਹੜਾ ਤੇਰੀ ਮਾਂ ਬਣ ਕੇ ਮੇਰੇ ਦੇਸ ਦੀਆਂ ਫਤਾਵਾਂ ਚ ਗੂੰਜ ਰਿਹਾ। ਕੱਲੇ ਜੱਗੇ ਨੂੰ ਤਾਂ ਮਾਰ ਸਕਣਾ ਹੈ, ਪਰ ਹੁਣ ਤੈਨੂੰ ਕਾਰ ਕਾਰ ਚੱਕੇ ਮਿਲਣਗੇ। ਮੇਰੇ ਦੇਸ ਦੀਆਂ ਮਾਵਾਂ ਉਦੋਂ ਤੱਕ ਚੱਕੇ ਪੈਦਾ ਕਰਦੀਆਂ ਰਹਿਣਗੀਆਂ ਜਦੋਂ ਤੱਕ ਤੇਰੇ ਨਾਪਾਕ ਕਦਮ ਮੇਰੇ ਦੇਸ ਚ ਪਾਣੀ ਨਿਕਲ ਜਾਂਦੇ। ਤੁਮ ਕਿਸੇ ਰਾਜ ਕਾ ਮੁਸਲਿਕ ਨਹੀਂ ਜਗਾ, ਤੁਮਹਾਰਾ ਜੁਰਮ ਸਾਬਿਤ ਹੋ ਚੁਕਾ, ਇਸ ਲਈ ਅਦਾਲਤ ਤੁਮਕੋ ਹਕੂਮਤ ਸੇ ਬਗਾਵਤ, ਕਤਲੋ ਖਾਰਿਜ ਔਰ ਡਕੈਤੀ ਕੇ ਜੁਰਮ ਨੇ ਕਾਲਾ ਪਾਣੀ ਕੀ ਸਜ਼ਾ ਕਾ ਹੁਕਮ ਸੁਣਾਤਾ ਹੈ। ਮੈਨੂੰ ਕਾਲੇ ਪਾਣੀ ਕੀ ਸਜ਼ਾ ਨਹੀਂ, ਸ਼ਹਾਦਤ ਚਾਹੀਦੀ ਹੈ, ਸ਼ਹਾਦਤ। ਤੁਮ ਮੁਸਲਮਾਨ ਲੋਕ ਮਾਨਤਾ, ਲੇਕਿਨ ਹਮ ਤੁਮਕੋ ਐਸਾ ਮੌਤ ਨਹੀਂ ਦੇਗਾ। ਤੁਮ ਕਾਲਾ ਪਾਣੀ ਮੇ ਉਸ ਵਕਤ ਤੱਕ ਰਹੇਗਾ ਜਬ ਤੱਕ ਤੁਮਹਾਰਾ ਜ਼ਿੰਦਗੀ ਕਾ ਸੂਰਜ ਗ਼ਰੂਬ ਨਹੀਂ ਹੋ ਜਾਤਾ। ਪਾਗਲ ਮੈਂ ਨਹੀਂ ਹੋਇਆ ਡਾਕਟਰ, ਪਾਗਲ ਤਾਂ ਫਰੰਗੀ ਹਕੂਮਤ ਹੋ ਗਈ ਹੈ ਜਿੰਨੇ ਸਾਥੀ ਦੇ ਮਸਵਾਲਿਆਂ ਦੇ ਲਾਉਣ ਹੱਥ ਲਾਉਂਦੀ ਸਾਰ ਖਾ ਲਈ ਹੈ। ਕਦੀ ਨਹੀਂ ਹੋ ਸਕਦਾ,
ਮੇਰੇ ਆਂਦੇ ਮੇਰੇ ਯਾਰ ਕਾਲੇ ਪਾਣੀ ਨਹੀਂ ਜਾ ਸਕਦੇ। ਉਹਨਾਂ ਨੂੰ ਬਚਾਉਣਾ ਬਹੁਤ ਮੁਸ਼ਕਿਲ ਹੈ ਸੋਹਣਿਓ। ਆਸਾਨੇ ਵਾਸਤੇ ਘੱਟ ਮੁਸ਼ਕਿਲ ਨਹੀਂ, ਮੈਂ ਉਹਨਾਂ ਨੂੰ ਬਚਾਉਣ ਵਾਸਤੇ ਸਿਰ ਧਰਤੀ ਬਾਜ਼ੀ ਲਾ ਦੇਵਾਂਗਾ। Thank you.
तेरी आंखों से चर्बी कुछ ज्यादा ही चढ़ी हुई है। अगर हमको मालूम होता कि रास्ते में तुम जैसा ब्यूटी खड़ी है तो इतना तेजी से कभी नहीं गुजरता। होश नाल गल कर फरंगिया, अपनी इज्जत बल मैली अख नाल तकन वाले दिया असी अखा कट लेने हुने हैं। आंखें तो हम भी निकाल दिया करता है लेकिन तुम जैसा ब्यूटीफुल लड़की का नहीं, अपने बागी लोग का। कर्मन की वेखनी है रेशमा, ए चिट्टे बंदर तो थोड़ी हवेली वाल जा रहा है। कोई गल नहीं, तू थोड़ी देर बाद मैं हवेली च मिली, हो सकता है इन्हों को मैं कोई जगह की खबर मिल जाए। हम मेजर जग्गा और उसका साथी लोग को अरेस्ट करने के लिए आया खान बहादुर, पर जगिन से काले पानी की सजा हुई थी साहब, लेकिन उसका साथी लोग उसको छुड़ा कर ले गया। हीरिया क्यों है, क्यों है जग्गा एक बार फिर फरंगी दी कैच ना सके। अच्छा ओए खबर तू लागे खुश कर दी रेशमा रानी, जग्गा शेर है ते फरंगी पेड़ा ओदा राह नहीं रख सकदी। पर गल ते सुन, जग्गे नु फड़न वास्ते साडी हवेली च पुलिस ने पहरा लाया होया है। अच्छा तू जग्गे नु लाके सारी गल दस दे। अच्छा ये मेहरबानी। ये मेहरबानी की गल है, जग्गा मेरा यार है ते ओदे वास्ते मेरी जान भी आस रे, मैं हुण ही ओनु जाके लभना वा। मां रेशमा नु फरंगी दी कैच नहीं रहन देंगा, ओदे वास्ते पावे मनु अपनी जान देनी पै जाए। खान बहादुर ने तेनु भी इस वास्ते बुलाया कि अंग्रेज का असला ताडे हथाई दे के ते ताडे मोढ़े नाल मोढ़ा जोड़ के वो फरंगी को अपनी बेस्ती का बदला ले सके। खान बहादुर अंग्रेजों का पुराना वफादार है जगिया, किधर सानू धोखा ना दे जावे। हाथों के कलेजे नु ना ब्याह हुंदा, सवाल उहदी गैरत दा ना हुंदा ते मैं तेरी गल दा यकीन कर लैंदा सोनिया। जे तू उत्थे जाण दा पक्का इरादा कर लिया तो फिर मैं तैनू कल्या नहीं जाण देंगा। तू सारी जिंदगी मेरे कदम ना कदम मिला के टुरे हैं, मैं तेरी गल किस तरह मोड़ सकना। चलन की तैयारी करो भाई। यार सोने हा, तू भी कभी अपने रब अगे चुक जाया कर। की मुंह लैके जावा यार चकिया, जिदे सामने दिन च पंज वारी जाना चाहिए, असी जिंदगी च एक वारी भी नहीं गए। ओ बड़ा बेनियाज है सोनिया, जावे तो सारी जिंदगी दे सजदे कबूल ना करे, तो जे जावे तो इको ही सजदा कबूल करके बख्श दे। एक सजदा पता नहीं अभी साढ़े नसीब है गया कि नहीं। जिन्नी देर मर्जी मुंह मोड़ी फिर सोनिया, जिस दिन ओदी रहमत जोश आ गई तेरे सिर नु सजदे च इस तरह चुकाएगा कि फिर कदी ओदे सामने सिर चुकन जोगा नहीं रहेगा। ये तो बहुत बुरा है, हुकूमत उसको हर कीमत पर गिरफ्तार करना मांगता खान बहादुर, और जब तक वो गिरफ्तार नहीं होएगा हम इधर ही रहेगा। खान बहादुर साडे इस हवेली तेरे सी भी जाग पै, ये जगह ताड़े मुबारक कदमों की तरस गई थी, हूं मैं ताड़ी खिदमत करने की कोई कसर नहीं छड़ा। गुड, वेरी गुड खान बहादुर।
ਜੰਗ ਦਾ ਬਾਬਲ ਨੂੰ ਖੈਰ ਤਾਂ ਭੁੱਲਿਆ ਹੋਇਆ ਸਬਕ ਯਾਦ ਆ ਜਾਏ।
उसका आदमी किधर मर गया? जाओ उसका जल्दी से पता करके आओ। यस सर। ब्यूटीफुल ब्यूटीफुल खान बहादुर बहुत अकलमंद आदमी है, उसने हमारा पसंद हमारा पास भेज दिया। हमने सारा दुनिया देखा लेकिन ऐसा ब्यूटी और ऐसा बॉडी कहीं नहीं देखा। ऐसी गैरत भी कितने नहीं बैठी होगी फ्रंगिया। गैरत बहुत गैरत, भूखा नंगा लोग का क्या गैरत होता है? इधर तमाम हिंदुस्तान पर हमारा हुकूमत है और हम जो चाहता है वो ही करता है। तुम भी आगे बढ़ो और अपना बाजू हमारा गर्दन में डालो। ए बामा तेरी गर्दन हार नहीं बन सकती है, पर इन बामा नाल ए खंजर तेरी इसे मार। कॉमेडी पे गैरत नहीं हुई कि अपनी इज्जत ने देश की गैरत पर वतन वाले हाथ में रोक सके। तुम कौन है? मैं अखोइया जिदी तलाश तैन इतने लेके आई। तुम जगह डाकू है? फरंगी कत्ते डाकू मैं नहीं, डाकू तू है जोड़ा सब समुद्रा तो पार आके साडा देश लुट लिया। Oh!
जग्गा इसी गांव में है, गांव के तमाम लोगों को लेकर यहाँ आओ, हम खुद उनसे पूछेगा। जग्गा डाकू तुम्हारे लोगों का गांव में छुपा हुआ है। अगर तुम लोग अपना और अपने बच्चों का जिंदगी चाहते हो तो जग्गा डाकू को मेरे हवाले कर दो, वरना तुम्हारे गांव को जलाकर रात का ढेर बना दिया जाएगा। सानू जग्गे का कोई पता नहीं, जो पता ही होंदा सौ रब दी तेन कभी ना दसते। अगर तुम लोगों ने जग्गा को हमारे हवाले नहीं किया तो हम तुम सबको गोली मार देंगे। साहब जी, नमाज का वक्त हो गया है, मैं जाके अजान देनी। इस गांव में अजान उस वक्त तक नहीं होगा जब तक हम जग्गे को गिरफ्तार नहीं कर लेता। जग्गे की गिरफ्तारी ना मेरा कोई वास्ता नहीं, अजान देना मेरा फर्ज है। इधर अजान नहीं होगा, ये हमारा हुक्म है। अल्लाह के अल्लाह के रसूल के हुक्म के सामने तेरे हुक्म की कोई हैसियत नहीं। तुम शायद हमारा ताकत से वाकिफ नहीं। ताकत नमरूद सद्दाक ते फिरौन को भी बड़ी सी, पर मेरे अल्लाह के सामने और ना दी ताकत कखा को हौली हो गई सी। रुक जाओ, रुक जा माले, रुक जा माले। तुम्हारा मौलवी मर गया है, बोलो अब कौन लगान देगा।
ਮੈਂ ਫਰੰਗੀ ਦੇ ਨਾਪਾਕ ਕਦਮ ਰੱਬ ਦੇ ਪਾਕ ਘਰ ਚ ਨਹੀਂ ਜਾਣ ਦਿੱਤੇ। ਵਾਹ ਸੋਨੀਆ, ਅਗਲੇ ਪਿਛਲੇ ਸਾਰੇ ਉਧਾਰ ਲਾ ਦਿੱਤੇ ਨੇ। ਤੇਰੀ ਨਮਾਜ਼ ਦਾ ਵੇਲਾ ਹੋ ਗਿਆ ਜਗਿਆ, ਮੈਨੂੰ ਛੱਡ ਯਾਰ, ਜਾ ਜਾ ਕੇ ਨਮਾਜ਼ ਪੜ੍ਹ ਲੈ। ਤੂੰ ਨਮਾਜ਼ ਨਹੀਂ ਪੜ੍ਹੇਂਗਾ ਸੋਨੀਆ, ਮੈਂ ਇਸ ਕਾਬਲ ਨਹੀਂ ਜਗਿਆ, ਮੈਂ ਬੜਾ ਗੁਨਾਹਗਾਰ ਹਾਂ, ਕੀ ਮੂੰਹ ਲੈ ਕੇ ਉਹਦੇ ਸਾਹਮਣੇ ਜਾਵਾਂ। ਓਏ ਪਾਗਲਾ, ਰੱਬ ਦੀਆਂ ਰਹਿਮਤਾਂ ਤੋਂ ਮਾਯੂਸ ਨਹੀਂ ਹੋਏਗਾ, ਉਹ ਤਾਂ ਬੰਦੇ ਦਾ ਹਰ ਗੁਨਾਹ ਬਖਸ਼ ਦਿੰਦਾ ਹੈ, ਉਹ ਤਾਂ ਬੜਾ ਹੀ ਗਫੂਰ ਰਹੀਮ ਹੈ, ਬੜਾ ਹੀ ਗਫੂਰ ਰਹੀਮ ਹੈ। ਚੁੱਕਿਆ ਆਹੋ ਸੋਨੀਆ, ਉਹਦੇ ਵੱਲ ਬੰਦਾ ਇੱਕ ਕਦਮ ਤੁਰ ਕੇ ਜਾਏ ਤੇ ਉਹ 100 ਕਦਮ ਤੁਰ ਕੇ ਆਪਣੇ ਬੰਦੇ ਵੱਲ ਆ ਜਾਂਦਾ ਹੈ। ਜੇ ਇਹ ਗੱਲ ਚੁੱਕਿਆ ਤੇ ਫਿਰ ਮੈਂ ਅੱਜ ਉਹਦੇ ਦਰਬਾਰ ਵਿੱਚ ਜ਼ਰੂਰ ਜਾਵਾਂਗਾ, ਜ਼ਰੂਰ ਜਾਵਾਂਗਾ। ਚੁੱਕਿਆ ਹੁਣ ਮੈਨੂੰ ਕਿਸੇ ਸਹਾਰੇ ਦੀ ਲੋੜ ਨਹੀਂ, ਅੱਜ ਮੈਂ ਆਪਣਾ ਕਦਮਾਂ ਨਾਲ ਤੁਰ ਕੇ ਉਹਦੇ ਹਜ਼ੂਰ ਵਿੱਚ ਜ਼ਰੂਰ ਜਾਵਾਂਗਾ, ਆਪ ਜਾਵਾਂਗਾ। ਓ ਮਾਲਕ, ਆਪਣਾ ਕਦਮਾਂ ਨਾਲ ਤੁਰ ਕੇ ਉਹਦੇ ਹਜ਼ੂਰ ਵਿੱਚ ਜ਼ਰੂਰ ਜਾਵਾਂਗਾ, ਆਪ ਜਾਵਾਂਗਾ। ਓ ਮਾਲਕ ਤੇ ਮੈਂ ਬੰਦਾ, ਓ ਖਾਲਕ ਤੇ ਮੈਂ ਮਖਲੂਕ, ਅੱਜ ਉਹਦੇ ਤੇ ਮੇਰੇ ਦਰਮਿਆਨ ਕੋਈ ਪਰਦਾ ਨਹੀਂ ਰਹੇਗਾ, ਕੋਈ ਪਰਦਾ ਨਹੀਂ ਰਹੇਗਾ। ਤੁਮਹਾਰੇ ਘਰ ਮੈਂ ਹਮਾਰਾ ਐਸ ਪੀ ਓ ਸਿਪਾਹੀ ਲੋਕ ਕਾ ਕਤਲ ਕੀਆ ਗਿਆ, ਤੁਮਹਾਰੇ ਮਦਦ ਕੇ ਬਗੈਰ ਵੋ ਬਾਗੀ ਲੋਕ ਇਤਨਾ ਬੜਾ ਕੰਮ ਨਹੀਂ ਕਰ ਸਕਦਾ। ਕਮਿਸ਼ਨਰ ਸਾਹਿਬ, ਮੈਂ ਤੁਹਾਡਾ ਪੁਰਾਣਾ ਨਮਕਖਾਰ ਹਾਂ, ਮੈਂ ਤੁਹਾਡੇ ਨਾਲ ਗਦਾਰੀ ਕਿਸ ਤਰ੍ਹਾਂ ਕਰ ਸਕਦਾ। ਹਮ ਤੁਮੇ ਖੂਬ ਜਾਣਤਾ ਹੈ, ਜੋ ਲੋਕ ਆਪਣਾ ਕੌਮ ਸੇ ਗਦਾਰੀ ਕਰਕੇ ਹਮਾਰਾ ਸਾਥ ਮਿਲ ਸਕਤਾ ਹੈ, ਵੋ ਹਮਾਰਾ ਵਫਾਦਾਰ ਕੈਸੇ ਹੋ ਸਕਤਾ ਹੈ। ਅਗਰ ਆਪਣਾ ਜ਼ਿੰਦਗੀ ਚਾਹਤਾ ਹੈ ਤੋ ਸੱਚ ਬੋਲਨੇ ਕੇ ਲਈ ਆਪਣਾ ਜ਼ਬਾਨ ਖੋਲੋ। ਯਕੀਨ ਕਰੋ ਮੈਂ ਤੁਹਾਡੇ ਨਾਲ ਕੋਈ ਝੂਠ ਨਹੀਂ ਬੋਲਿਆ। ਤੁਹਾਡਾ ਦਿਮਾਗ ਅਭੀ ਤੱਕ ਚੁਸਤ ਨਹੀਂ ਹੋਇਆ, ਇਸ ਗਦਾਰ ਕੋ ਉਸ ਵਕਤ ਤੱਕ ਮਾਰਤੇ ਰਹੋ ਜਬ ਇਸਕਾ ਜ਼ਬਾਨ ਸੱਚ ਬੋਲਨੇ ਕੇ ਲਈ ਨਹੀਂ ਖੁਲਤਾ। ਆਹ
ਦਾ ਨਹੀਂ ਮੈਂ ਆ ਲੜਕੀ ਇਹ ਤੂੰ ਕੀ ਬੋਲਦਾ ਮੈਂ ਠੀਕ ਕਹਿ ਰਹੀ ਹਾਂ ਜੱਗੇ ਨੂੰ ਮੈਂ ਬੁਲਾਇਆ ਸੀ ਤੁਹਾਡੇ ਖਾਨ ਬਹਾਦਰ ਸਾਹਿਬ ਨੂੰ ਇਸ ਗੱਲ ਦਾ ਕੁਝ ਪਤਾ ਨਹੀਂ ਇਹ ਤੁਹਾਡੀ ਹਕੂਮਤ ਦੇ ਉਸੇ ਤਰ੍ਹਾਂ ਵਫਾਦਾਰ ਨੇ ਜਿਸ ਤਰ੍ਹਾਂ ਅੱਜ ਤੋਂ ਪਹਿਲੇ ਸਨ ਤੇ ਸ਼ਾਇਦ ਮਰਦੇ ਦਮ ਤੱਕ ਇਸੇ ਤਰ੍ਹਾਂ ਹੀ ਵਫਾਦਾਰ ਰਹਿਣ ਕਿਉਂ ਮੈਂ ਜਗ੍ਹਾ ਕੋ ਕਿਉਂ ਬੁਲਾਇਆ ਜ਼ਰੂਰੀ ਨਹੀਂ ਮੈਂ ਤੇਰੇ ਹਰ ਸਵਾਲ ਦਾ ਜਵਾਬ ਦਿਆਂ ਤੂੰ ਮੈਂ ਜਵਾਬ ਦੇਣਾ ਹੋਵੇ ਲੜਕੀ ਬੜਾ ਜਗ੍ਹਾ ਕਿਨਾਰੇ ਜੇ ਸੁਣ ਨਹੀਂ ਚਾਹੁੰਦੇ ਤਾਂ ਸੁਣ ਜੱਗਾ ਮੇਰੀ ਰੂਹ ਵਿੱਚ ਵਸਦਾ ਹੈ ਜੱਗਾ ਮੇਰੇ ਦਿਲ ਵਿੱਚ ਰਹਿੰਦਾ ਹੈ ਕਿਆ ਬਕਦਾ ਹੈ ਖਾਮੋਸ਼ ਗੁਸਤਾਖ ਲੜਕੀ ਅਬ ਪਤਾ ਚਲਾ ਕਿ ਤੁਮ ਦੋਨੋਂ ਬਾਪ ਬੇਟੀ ਜੱਗਾ ਕੇ ਸਾਥ ਮਿਲਾ ਹੁਆ ਹਮ ਤੁਮੇ ਆਪਣੇ ਸਾਥ ਲੇਕਰ ਜਾਏਗਾ ਫਿਰ ਦੇਖੇਗਾ ਕਿ ਤੁਮ ਜੱਗੇ ਦਾ ਪਤਾ ਕਿਸੇ ਨਹੀਂ ਬਤਾਤਾ ਹੈ ਇਹਦੀ ਗੱਲ ਤੇ ਯਕੀਨ ਨਾ ਕਰੋ ਸਾਹਿਬ ਬਹਾਦਰ ਇਹਨੂੰ ਜੱਗੇ ਦੇ ਬਾਰੇ ਚ ਕੁਝ ਨਹੀਂ ਪਤਾ ਹੈਗਾ ਇਹ ਸਿਰਫ ਮੇਰੀ ਜਾਨ ਬਚਾਉਣ ਲਈ ਝੂਠ ਬੋਲ ਰਹੀ ਹੈ ਰੇਸ਼ਮਾ ਸੱਚ ਬੋਲ ਰਹੀ ਹੈ ਹਾਕਮਾ ਇਹਦੀ ਜ਼ਿੰਦਗੀ ਬਚਾਉਣ ਲਈ ਝੂਠ ਤੂੰ ਬੋਲ ਰਿਹਾ ਜਿਹੜਾ ਇਹ ਭੁੱਲ ਗਿਆ ਗਿੱਦੜ ਦੀ 100 ਸਾਲਾ ਜ਼ਿੰਦਗੀ ਕੋਲੋਂ ਸ਼ੇਰ ਦੀ ਇੱਕ ਦਿਨ ਦੀ ਜ਼ਿੰਦਗੀ ਬਿਹਤਰ ਹੁੰਦੀ ਹੈ ਖਾਮੋਸ਼ ਹਕਮਲੇ ਹਮ ਤੁਮਾਰਾ ਚਾਗੀ ਜ਼ਬਤ ਕਰਨੇ ਕਾ ਹੁਕਮ ਦੇ ਰਹਾ ਹੈ ਹਮ ਤੁਮਾਰਾ ਬੇਟੀ ਕੋ ਲੈ ਜਾ ਰਹਾ ਹੈ ਅਗਰ ਆਪਣਾ ਚਾਗੀ ਔਰ ਬੇਟੀ ਵਾਪਸ ਮੰਗਤਾ ਤੋ ਜਿਸ ਤਰ੍ਹਾਂ ਹੋ ਸਕੇ ਜੱਗਾ ਡਾਕੂ ਕੋ ਸਿੰਦਾ ਜਾਂ ਮੁਰਦਾ ਹਮਾਰੇ ਸਾਹਮਣੇ ਪੇਸ਼ ਕਰੋ ਲੈ ਜਾਓ ਇਸੇ ਚਮੜੀ ਵਾਲਿਆਂ ਨਾਲ ਵਫਾਦਾਰੀ ਕਰਨ ਦਾ ਅੰਜਾਮ ਦਿਲ ਕਰਦਾ ਤੇਰੀ ਸਾਰੀ ਦੌਲਤ ਨੂੰ ਅੱਗ ਲਾ ਦਿਆਂ ਤੇ ਸਾੜ ਕੇ ਸੁਆਹ ਕਰ ਦਿਆਂ ਹਵੇਲੀ ਨੂੰ ਬਸ ਕਰ ਮਾਂ ਬਸ ਕਰ ਹੁਣ ਇਸ ਤੋਂ ਅੱਗੇ ਕੁਝ ਨਾ ਆਖੇ ਮੇਰੀਆਂ ਅੱਖਾਂ ਖੁੱਲ ਗਈਆਂ ਮੈਨੂੰ ਫਰੰਗੀ ਸਰਕਾਰ ਦਾ ਅਸਲ ਰੂਪ ਨਜ਼ਰ ਆ ਗਿਆ ਮੈਂ ਆਪਣੇ ਗੱਲ ਚੋਂ ਉਹਦੀ ਗੁਲਾਮੀ ਦਾ ਪਟਾ ਲਾਹਣ ਦਾ ਹਮੇਸ਼ਾ ਲਈ ਫੈਸਲਾ ਕਰ ਲਿੱਤਾ ਹਾਕਮਾ ਜੇ ਗੈਰਤ ਜਾਗੀ ਪਈ ਹੋ ਤੇ ਫੇਰ ਅੱਜ ਤੋਂ ਬਾਅਦ ਵਤਨ ਦੀ ਆਜ਼ਾਦੀ ਲਈ ਜੱਗੇ ਦੇ ਮੋਢੇ ਨਾਲ ਮੋਢਾ ਜੋੜ ਕੇ ਤੁਰਨ ਦਾ ਫੈਸਲਾ ਕਰ ਲੈ ਇਹ ਤੁਹਾਡਾ ਹੁਕਮ ਹੀ ਨਹੀਂ ਮੇਰੇ ਦਿਲ ਦੀ ਆਵਾਜ਼ ਹੈ ਮਾਂ ਜੱਗੇ ਨਾਲ ਮੁਲਾਕਾਤ ਦਾ ਬੰਦੋਬਸਤ ਤੁਸੀਂ ਕਰ ਦਿਓ ਤੇ ਦੇਸ਼ ਦੀ ਆਜ਼ਾਦੀ ਦਾ ਪਰਵਾਨਾ ਬਣ ਕੇ ਮੈਂ ਉਹਦੇ ਨਾਲ ਆਪ ਕਰ ਪਾਂਗਾ ਤੂੰ ਫਿਕਰ ਨਾ ਕਰ ਹਾਕਮਾ ਜੱਗੇ ਨਾਲ ਮੁਲਾਕਾਤ ਦਾ ਬੰਦੋਬਸਤ ਮੈਂ ਕਰਾਂਗੀ ਉਹਦੇ ਬਚਣ ਦੀ ਉਮੀਦ ਤਾਂ ਕੋਈ ਨਹੀਂ ਸੀ ਪਰ ਰੱਬ ਨੇ ਆਪਣੀ ਰਹਿਮਤ ਕਰ ਦਿੱਤੀ ਹੈ ਹੁਣ ਉਹਦੀ ਜ਼ਿੰਦਗੀ ਨੂੰ ਕੋਈ ਖਤਰਾ ਨਹੀਂ ਤੇਰਾ ਲੱਖ ਲੱਖ ਸ਼ੁਕਰ ਹੈ ਮੇਰੇ ਅਰਬਾ ਮੈਂ ਹੁਣ ਮਿਲ ਸਕਣਾ ਜੱਗਿਆ ਯਕੀਨ ਕਰ ਸੁਣਿਆ ਰੱਬ ਸੋਹਣੇ ਨੇ ਤੇਰਾ ਸਜਦਾ ਕਬੂਲ ਕਰ ਲਿਆ ਰੱਬ ਨੇ ਮੈਨੂੰ ਨਵੀਂ ਜ਼ਿੰਦਗੀ ਦਿੱਤੀ ਹੈ ਜੱਗਿਆ ਹੁਣ ਮੈਂ ਇਸ ਜ਼ਿੰਦਗੀ ਦਾ ਹਰ ਸਾਹ ਆਪਣੇ ਦੇਸ਼ ਦੀ ਆਜ਼ਾਦੀ ਤੋਂ ਕੁਰਬਾਨ ਕਰ ਦਿਆ ਆ ਖੁਸ਼ ਕਰਦਾ ਹੀ ਸੁਣਿਆ ਤੇਰੇ ਮੂੰਹ ਚ ਮੈਂ ਲਫ਼ਜ਼ ਸੁਣ ਲਈ ਮੇਰਾ ਦਿਲ ਬੜਾ ਚਿਰਾਂ ਤੋਂ ਤਰਸ ਰਿਹਾ ਸੀ ਜੱਗਿਆ
ਲਾਵੇ ਤੁਸੀਂ ਸਾਰੇ ਸੱਜੇ ਖੱਬੇ ਸਾਹ ਚੁਕੰਨੇ ਰਹਿਣਾ ਤੇ ਮੈਂ ਮਲਕਾਨੀ ਨੂੰ ਮਿਲ ਕੇ ਆਉਣਾ। ਮੈਂ ਸੁਣਿਆ ਮੈਂ ਚਾਹੁੰਦਾ ਨਹੀਂ ਜਗਿਆ, ਤੇਰੇ ਸਾਹ ਇਕੱਲਿਆ ਜਾਣਾ ਚੰਗਾ ਨਹੀਂ। ਤੂੰ ਫਿਕਰ ਨਾ ਕਰ ਸੁਣਿਆ, ਮੇਰਾ ਇਮਾਨ ਜਿਹੜੀ ਰਾਤ ਕਬਰ ਛਾਣੀ ਹੈ ਉਹ ਬਾਹਰ ਨਹੀਂ ਆ ਸਕਦੀ। ਤੂੰ ਰੱਬ ਰੱਬ ਕੀ ਕਹਿ ਰਿਹਾ ਖਾਨ ਬਹਾਦਰਾ? ਹਾਕਮ ਠੀਕ ਕਹਿ ਰਿਹਾ ਪੁੱਤਰਾ, ਐਸ ਪੀ ਨੂੰ ਤੂੰ ਕਤਲ ਕੀਤਾ ਤੇ ਤੈਨੂੰ ਇਤਲਾਹ ਦੇਣ ਦੇ ਜੁਰਮ ਵਿੱਚ ਅੰਗਰੇਜ਼ਾਂ ਨੇ ਰੇਸ਼ਮਾ ਨੂੰ ਗ੍ਰਿਫਤਾਰ ਕਰ ਲਿਆ। ਮਾਂ ਜੀ, ਤੈਨੂੰ ਇਸ ਵਾਸਤੇ ਬੁਲਾਇਆ ਜੱਗਿਆ ਕਿ ਮੈਂ ਤੇਰੇ ਨਾਲ ਮਿਲ ਕੇ ਆਪਣੀ ਗੈਰਤ ਦਾ ਇੰਤਕਾਮ ਵੀ ਲਵਾਂ ਤੇ ਦੇਸ਼ ਦੀ ਆਜ਼ਾਦੀ ਦਾ ਪਰਵਾਨਾ ਬਣ ਕੇ ਆਪਣੇ ਪੁਰਾਣੇ ਗੁਨਾਹਾਂ ਦਾ ਕਫਾਰਾ ਵੀ ਅਦਾ ਕਰਦੇ। ਜੇ ਹੱਥ ਤੇਰੇ ਕਲੇਜੇ ਨੂੰ ਨਾ ਪੈਂਦਾ, ਸਵਾਲ ਤੇਰੀ ਗੈਰਤ ਦਾ ਨਾ ਆਉਂਦਾ ਤਾਂ ਮੈਂ ਤੇਰੀ ਗੱਲ ਤੇ ਕਦੀ ਯਕੀਨ ਨਾ ਕਰਦਾ। ਜੇ ਤੈਨੂੰ ਯਕੀਨ ਆ ਹੀ ਗਿਆ ਜੱਗਿਆ ਤੇ ਫਿਰ ਅੱਜ ਤੋਂ ਮੈਨੂੰ ਆਪਣਾ ਸਾਥੀ ਸਮਝ। ਮੇਰੇ ਕੋਲ ਅਸਲਾ ਵੀ ਹੈ ਤੇ ਮੈਂ ਕਿਹੋ ਜਿਹੇ ਰਸਤੇ ਤੋਂ ਵਾਕਫ ਹਾਂ ਜਿਹੜਾ ਸਾਨੂੰ ਦੋਵਾਂ ਨੂੰ ਸਿੱਧਾ ਫਰੰਗੀ ਦੀ ਸ਼ਹਿਰਤ ਤੇ ਲੈ ਜਾਏਗਾ। ਜੇ ਵਤਨ ਨੂੰ ਗੁਲਾਮੀ ਦੀਆਂ ਜ਼ੰਜੀਰਾਂ 'ਚ ਜਕੜਨ ਵਾਲਿਆਂ ਦੇ ਜ਼ਮੀਰ ਜਾਗ ਹੀ ਪਏ ਨੇ ਤੇ ਫਿਰ ਹੁਣ ਇੱਥੇ ਗੁਲਾਮ ਨਹੀਂ ਰਹਿ ਸਕਦਾ। ਅਸੀਂ ਦੋਵੇਂ ਇੱਕ ਤਾਕਤ ਬਣ ਕੇ ਫਰੰਗੀ ਦੀ ਇੱਟ ਨੂੰ ਇੱਟ ਵਜਾ ਦਿਆਂਗੇ। ਚੱਕਾ ਕਿੱਥੇ ਹੈ ਉਸਕਾ ਪਤਾ ਬਤਾ ਦੋ, ਵਰਨਾ ਤੂੰ ਮੈਨੂੰ ਜਾਨੋਂ ਮਾਰ ਦੇਗਾ। ਇਸ ਤੋਂ ਵੱਧ ਤੂੰ ਹੋਰ ਕਰ ਵੀ ਕੀ ਸਕਣਾ ਹੈ? ਮੈਨੂੰ ਕਸਮ ਹੈ ਸਣੇ ਰੱਬ ਦੀ, ਇੱਕ ਵਾਰੀ ਤੇ ਕੀ ਸੌ ਵਾਰੀ ਵੀ ਮਰਨਾ ਪਿਆ ਤੇ ਮੈਂ ਤੈਨੂੰ ਚੱਕੇ ਦਾ ਪਤਾ ਨਹੀਂ ਦੱਸਾਂਗਾ। ਦੇਖੋ ਸੋਨਾ, ਆਪਣਾ ਫੈਸਲਾ ਬਦਲ ਦੋ, ਹਮ ਅਭੀ ਜਵਾਨ ਹੈ, ਅਭੀ ਤੁਮਨੇ ਜ਼ਿੰਦਗੀ ਕੋ ਭਰਪੂਰ ਅੰਦਾਜ਼ ਮੈਂ ਨਹੀਂ ਦੇਖਾ। ਜਿਹਨੇ ਚੱਕੇ ਨੂੰ ਇੱਕ ਵਾਰੀ ਵੇਖ ਲਿਆ ਉਹਨੇ ਜ਼ਿੰਦਗੀ ਨਾਲ ਪਿਆਰ ਕਰਨਾ ਛੱਡ ਦਿੱਤਾ। ਫਰੰਗੀਆ ਦੇਖ ਨਾ ਕਰੋ ਸੋਨਾ, ਹਮਾਰਾ ਬਾਤ ਮਾਨ ਲੋ, ਤੁਮਕੋ ਆਜ਼ਾਦ ਵੀ ਕਰ ਦੇਂਗੇ ਔਰ ਦੌਲਤ ਸੇ ਮਾਲਾ ਮਾਲ ਵੀ। ਮੈਂ ਉਸ ਦੌਲਤ ਤੇ ਆਜ਼ਾਦੀ ਤੇ ਥੁਕਨਾ ਵਾਂ ਫਰੰਗੀਆ, ਜਿਹੜੀ ਮੇਰੇ ਵਤਨ ਤੇ ਮੁਜਾਹਿਦ ਨੂੰ ਗ੍ਰਿਫਤਾਰ ਕਰਾ ਕੇ ਮਿਲੇ। ਆਪੇ ਵਕਤ ਹੈ, ਇੱਕ ਵਾਰ ਫਿਰ ਸੋਚ ਲਓ, ਵਰਨਾ ਐਸੀ ਸਜ਼ਾ ਦੂੰਗਾ ਕਿ ਤੁਹਾਰਾ ਹਸ਼ਰ ਦੇਖ ਕਰ ਮੌਤ ਦੇ ਕੰਮ ਉੱਠੇ। ਤੇਰੀ ਕੋਈ ਸਜ਼ਾ ਮੇਰੇ ਇਰਾਦੇ ਨੂੰ ਨਹੀਂ ਬਦਲ ਸਕਦੀ ਫਰੰਗੀਆ, ਇਸ ਲਈ ਕਿ ਮੈਂ ਵਤਨ ਫਰੋਸ਼ ਬਣ ਕੇ ਜੀਣਾ ਨਹੀਂ ਸਿਰ ਫਰੋਸ਼ ਬਣ ਕੇ ਮਰਨਾ ਚਾਹੁੰਦਾ ਵਾਂ। ਸਾਡੇ ਵੱਡੇ ਹੱਕ ਸੱਚ ਦੀ ਖਾਤਰ ਆਪਣੇ ਸਿਰ ਕਟਾਉਂਦੇ ਆਏ ਨੇ। ਸੋ ਰੱਬ ਦੀ, ਅੱਜ ਤੂੰ ਸੋਹਣੇ ਨੂੰ ਵੀ ਉਹਨਾਂ ਤੋਂ ਪਿੱਛੇ ਨਹੀਂ ਪਾਏਗਾ।
अपना काम कर रहे ते मैं अपना फर्ज पूरा करांगा। खान बहादुर तू जंग ते मोहब्बत ही सब कुछ ऐसे जगिया तू की समझ दस है मैं तेरे जे बागी पीछे लग के तू ठीक किया खान बहादुर
मैं ही भूल गया सा, मुसलमान नु जट भी मारिया मुसलमान नहीं मारिया। रब दी सा, जे तेरे वर कत्तार जमीन ते ना चम दे ते अंग्रेज 100 साल ते की एक तू भी हुकूमत ना कर सक। आज आज हम तुम्हारा नाम और निशान मिटा देगा। ओ फरंगिया, एक गल याद रखी, मैं मर भी गया ते तारीख दे वर्किया ते हमेशा जिंदा रहांगा। Thank you.
से पहले एक नजर इधर देख लो। अगर इसका जिंदगी चाहते हो तो बारूद खाने को आग लगाने की कोशिश ना करना। मिशेल फेंक दो चक्या! नहीं चक्या! ओ प्रोफेसर ना पत्नी, तेरे हाथ से आजादी दी अगर तुमने बारूद खाने को आग लगाने का कोशिश किया हम तुम्हें गोली मार देगा। मेरी जिंदगी की परवाह न कर चुका और बलूक खाने वाला चला दे। खबर आ जाएगा, आग मत लगाना। चला दे चुका। नहीं, आग चला दे।